ਕੁਛ ਗੱਲਾਂ ਮੈਂ ਬਾਈ ਦੀਪ ਬਾਰੇ ਕਰਨੀਆਂ ਅਤੇ ਕੁਛ ਜਥੇਬੰਦੀ ਬਾਰੇ ਕਰਨੀਆਂ। ਇਹ ਇੱਕ ਮੈਂ ਸੰਗਤ ਨੂੰ ਵੀ ਇਹ ਭੈਣਾਂ ਨੂੰ ਬੀਬੀਆਂ ਨੂੰ ਵੀ ਸਵਾਲ ਕਰਨਾ ਚਾਹੁੰਦਾ ਹਾਂ ਕਿ ਦੇਖੋ ਬਾਈ ਦੇ ਜਾਣ ਤੋਂ ਬਾਅਦ 'ਚ ਪੰਥ ਨੇ ਇੱਕ ਬਹੁਤ ਵੱਡਾ ਜਿਹੜਾ ਵਿਰਾਗਮਈ ਜਿਹੜਾ ਮਾਹੌਲ ਸੀ ਪੰਥ 'ਚ ਉਹ ਪੈਦਾ ਹੋਇਆ, ਪਰ ਸਵਾਲ ਇਹ ਹੈ ਕਿ ਉਸ ਮਾਹੌਲ ਨੇ ਸਾਡੇ ਜੀਵਨ 'ਚ ਬਦਲਾਅ ਕੀ ਲਿਆ। ਜੇ ਅੱਜ ਆਪਾਂ ਉਸ ਵਿਰਾਗ ਨੂੰ ਆਪਣੇ ਜੀਵਨ 'ਚ ਕੋਈ ਬਹੁਤ ਜਿਹੜੇ ਸੰਖੇਪ ਬਦਲਾਵਾਂ ਦੇ ਰੂਪ 'ਚ ਨਾ ਬਦਲਿਆ ਤਾਂ ਕੱਲ੍ਹ ਨੂੰ ਹੋਣਾ ਕੀ ਆ ਕਿ ਉਹ ਮਾਹੌਲ ਲੰਘ ਜਾਣਾ, ਅਤੇ ਜੇ ਅਸੀਂ ਫਿਰ ਉਹ ਗੁਲਾਮੀ ਨੂੰ ਨਾ ਪਛਾਣਿਆ, ਅਸੀਂ ਆਪਣੇ ਦੁਸ਼ਮਣਾਂ ਦੀ ਪਛਾਣ ਨਾ ਕੀਤੀ, ਅਸੀਂ ਉਹਨਾਂ ਲੋਕਾਂ ਦੀ ਪਛਾਣ ਨਾ ਕੀਤੀ ਜਿਹੜੇ ਸਾਡੀ ਕੌਮ ਦੀ ਜੜ੍ਹਾਂ ਵੱਢਦੇ ਨੇ, ਅਤੇ ਆਪਾਂ ਫਿਰ ਮੇਰੇ ਖਿਆਲ ਦੇ ਨਾਲ ਬਾਈ ਦੀ ਕੁਰਬਾਨੀ ਜਿਹੜੀ ਆ ਉਹ ਵਿਅਰਥ ਜਾਊਗੀ। ਸੋ ਇੱਕ ਤਾਂ ਉਹਦਾ ਸੁਪਨਾ ਸੀ ਵੀ ਪੰਜਾਬ ਖੁਦ ਮੁਖਤਿਆਰ ਹੋਵੇ, ਪੰਜਾਬ ਆਜ਼ਾਦ, ਮਤਲਬ ਸਿੱਧੇ ਸ਼ਬਦਾਂ 'ਚ ਸੌਖੇ ਸ਼ਬਦਾਂ 'ਚ ਖਾਲਿਸਤਾਨ ਦੀ ਪ੍ਰਾਪਤੀ ਦਾ ਸੁਪਨਾ ਦੀਪ ਬਾਈ ਦਾ ਸਭ ਤੋਂ ਉੱਚਾ ਇੱਕ ਸੁਪਨਾ ਸੀ ਅਤੇ ਬੜਾ ਪਵਿੱਤਰ ਸੁਪਨਾ ਉਸ ਨੂੰ ਦੇਖਦਾ ਸੀ। ਸੋ ਸਾਨੂੰ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਿ ਆਪਾਂ ਲੋਕਾਂ ਨੂੰ ਨਾ ਕਿ ਕਦਰਟ ਦੀ ਤੌਰ 'ਤੇ, ਭਾਵੇਂ ਉਹ ਕਾਂਗਰਸੀਆਂ ਨਾਲ ਜੁੜੇ ਹੋਣ, ਭਾਵੇਂ ਅਕਾਲੀਆਂ ਨਾਲ ਜੁੜੇ ਹੋਣ, ਭਾਵੇਂ ਉਹ ਕਿਸੇ ਨਾਲ ਵੀ ਜੁੜੇ ਹੋਣ, ਭਾਵੇਂ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋਣ, ਉਹਨਾਂ ਨੂੰ ਆਪਾਂ ਕਦਰਟ ਤੌਰ 'ਤੇ ਨਹੀਂ, ਦੋਸ਼ੀ ਦੇ ਤੌਰ 'ਤੇ ਨਹੀਂ, ਇੱਕ ਵਿਕਟਮ ਦੇ ਇੱਕ ਮਰੀਜ਼ ਦੇ ਤੌਰ 'ਤੇ ਦੇਖੀਏ ਵੀ ਉਹਨਾਂ ਦੀ ਮਾਨਸਿਕਤਾ ਨੂੰ ਗੁਲਾਮ ਕੀਤਾ ਗਿਆ। ਆਪਾਂ ਸਟੇਟ 'ਤੇ ਆਪਣੀ ਰਿਲਾਇਬਿਲਟੀ ਬਿਲਕੁਲ ਖਤਮ ਕਰ, ਮਤਲਬ ਮਿਨੀਮਮ ਰਿਲਾਇਬਿਲਟੀ ਸਾਡੀ ਹੋਵੇ ਵੀ ਸਟੇਟ ਕੀ ਸਾਨੂੰ ਪ੍ਰੋਵਾਈਡ ਕਰਦੀ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪੰਜਾਬ ਨਾਲ ਵੈਸੇ ਵੀ ਸਟੇਟ ਧੱਕਾ ਕਰ ਰਹੀ ਹੈ, ਪਿਛਲੇ 70-80 ਸਾਲਾਂ ਤੋਂ ਪੰਜਾਬ ਨੂੰ ਇੱਕ ਕਲੋਨੀ ਦੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੁਛ ਵਿਚਾਰਾਂ ਕਰਨੀਆਂ ਸੀ, ਜਿਹੜੀ ਕੱਲ੍ਹ ਦੀ ਖਬਰ ਤੁਸੀਂ ਸਾਰਿਆਂ ਸੁਣੀ ਹੈ, ਅਤੇ ਉਹਦੇ ਸਿਲਸਿਲੇ ਦੇ ਵਿੱਚ ਹੀ ਆਪਾਂ ਗੱਲਬਾਤ ਕਰਨੀ ਹੈ ਵੀ ਜਿਹੜੀ ਪੰਥ ਨੇ ਅਤੇ ਜਥੇਬੰਦੀ ਨੇ ਇੱਕ ਸੇਵਾ ਸੌਂਪੀ ਹੈ। ਵੈਸੇ ਤਾਂ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਦਿਆਂ ਵੀ ਬਾਈ ਦੀਪ ਦਾ ਜਿਹੜਾ ਵਿਛੋੜਾ ਹੈ ਉਹਦੀ ਘਾਟ 'ਤੇ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਜੇ ਕੋਈ ਬੰਦਾ ਇਹ ਕਹੇ ਵੀ ਬਾਈ ਦੀਪ ਨੂੰ ਰਿਪਲੇਸ ਕੀਤਾ ਜਾ ਸਕਦਾ ਤਾਂ ਉਹ ਗੱਲ ਝੂਠ ਹੈ। ਅਤੇ ਉਹ ਇਹ ਸਾਰੀ ਗੱਲਬਾਤ ਜਿਹੜੀ ਹੈ ਇਹਦੇ 'ਚੋਂ ਪੰਥ ਨੇ ਜਿਹੜਾ ਫੈਸਲਾ ਕੀਤਾ, ਜਥੇਬੰਦੀ ਨੇ ਇੱਕ ਫੈਸਲਾ ਕੀਤਾ ਅਤੇ ਪੰਥ ਨੇ ਉਸ ਫੈਸਲੇ ਨੂੰ ਜਿਹੜਾ ਵਾ ਚੜ੍ਹਦੀ ਕਲਾ 'ਚ ਲਿਆ, ਅਤੇ ਉਹਨਾਂ ਨੇ ਮੇਰਾ ਨਾਂ ਸੁਜੈਸਟ ਕੀਤਾ ਵੀ ਮੈਂ ਇਸ ਜਥੇਬੰਦੀ ਦੀ ਅਗਵਾਈ ਕਰਾਂ। ਅਤੇ ਉਹਦੇ ਸਿਲਸਿਲੇ 'ਚ ਕੁਝ ਗੱਲਾਂ ਕਰਨੀਆਂ ਨੇ, ਕੁਝ ਗੱਲਾਂ ਇਸ ਸਿਲਸਿਲੇ 'ਚ ਨੇ ਵੀ ਆਪਾਂ ਅੱਗੇ ਕਰਨਾ ਕੀ ਹੈ, ਕਿਵੇਂ ਚੱਲਣਾ ਹੈ, ਜਥੇਬੰਦੀ ਦੀ ਰਣਨੀਤੀ ਕੀ ਹੋਵੇ, ਅਤੇ ਕਿਹੜੀਆਂ ਕਿਹੜੀਆਂ ਗੱਲਾਂ ਆਪਾਂ ਨੇ ਧਿਆਨ 'ਚ ਰੱਖਣੀਆਂ ਨੇ। ਜਿਹੜਾ ਤਾਂ ਕੱਲ੍ਹ ਐਲਾਨ ਹੋਇਆ ਪਹਿਲਾਂ, ਤਾਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਵੀ ਜਿੰਨਾ ਤੁਸੀਂ ਐਪਰੀਸ਼ੀਏਟ ਕੀਤਾ, ਜਿੰਨਾ ਪ੍ਰੇਮ ਵਿਖਾਇਆ ਇਸ ਗੱਲ ਨੂੰ। ਮੇਰੇ ਕੋਲ ਬਹੁਤੇ ਬੰਦਿਆਂ ਦੇ ਰਿਪਲਾਈ ਹੋ ਨਹੀਂ ਸਕੇ, ਸੋ ਉਹਨਾਂ ਲਈ ਵੀ ਮਾਫੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਵੀ ਸਾਰੇ ਬੰਦਿਆਂ ਨਾਲ ਗੱਲਬਾਤ ਜਿਹੜੀ ਹੈ ਕਰਾਂ ਪਰਸਨਲੀ ਤੌਰ 'ਤੇ। ਸੋ ਦੂਜੀ ਇਹ ਗੱਲ ਹੈ ਵੀ ਜਿਹੜੀ ਜਥੇਬੰਦੀ ਬਾਈ ਦੀਪ ਦੇ ਜਾਣ ਤੋਂ ਬਾਅਦ 'ਚ ਇੱਕ ਇਹ ਉਲਝਣ ਸੀ ਵੀ ਹੁਣ ਜਥੇਬੰਦੀ ਦਾ ਹੋਣਾ ਕੀ ਹੈ, ਕਰਨਾ ਕੀ ਹੈ। ਸੋ ਜਥੇਬੰਦੀ 'ਚ ਮੇਰੇ ਨੂੰ ਵੱਧ ਕਾਬਲ ਬੰਦੇ ਹੋਰ ਵੀ ਹੈਗੇ, ਇਹ ਗੱਲ ਕਿਸੇ ਦੇ ਮਨ 'ਚ ਨਾ ਹੋਵੇ ਵੀ ਉਹ ਸ਼ਾਇਦ ਕੋਈ ਹੋਰ ਬੰਦਾ ਕਾਬਲ ਨਹੀਂ ਸੀ ਹੈਗਾ। ਕੁਛ ਉਹਨਾਂ ਦੀਆਂ ਨਿੱਜੀ ਮਜਬੂਰੀਆਂ ਸੀ, ਕੁਛ ਉਹ ਬੰਦੇ ਜਿਹੜੇ ਆ ਉਹ ਗੁਪਤ ਰਹਿ ਕੇ ਕੰਮ ਕਰਨ 'ਚ ਜ਼ਿਆਦਾ ਮੇਰੇ ਖਿਆਲ ਨਾਲ ਭਰੋਸਾ ਰੱਖਦੇ ਆ। ਸੋ ਉਹਨਾਂ ਦਾ ਵੱਡਾਪਣ ਹੈ ਇਹ ਗੱਲ ਦਾ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕੰਮ ਕਰੋ, ਅਤੇ ਉਸ ਕਰਕੇ ਉਹ ਵੀਰ ਆਪਣੇ ਨਾਲ ਹੀ ਨੇ, ਸਦਾ ਨਾਲ ਹੀ ਕੰਮ ਕਰਨਗੇ। ਅਤੇ ਪਰ ਉਹਨਾਂ ਨੇ ਕਿਹਾ ਵੀ ਜਿਹੜੀ ਅਗਵਾਈ ਵਾਲਾ ਕੰਮ ਹੈ ਉਹ ਤੁਸੀਂ ਕਰ ਲਓ। ਫਿਲਹਾਲ ਮੈਂ ਪੰਜਾਬ 'ਚ ਨਹੀਂ, ਬਾਹਰ ਬੈਠਾ ਹਾਂ। ਇਸ ਗੱਲ 'ਤੇ ਵੀ ਸਵਾਲ ਉੱਠੇ ਨੇ ਵੀ ਬਾਹਰ ਬੈਠ ਕੇ ਕਿੱਦਾਂ ਕੰਮ ਹੋਏਗਾ ਜਾਂ ਕੀ ਕੀਤਾ ਜਾਊਗਾ। ਉਹਦੇ ਸਿਲਸਿਲੇ 'ਚ ਮੈਂ ਇਹ ਗੱਲ ਜਿਹੜੀ ਕਰਨੀ ਚਾਹੁੰਦਾ ਵੀ ਦੇਖੋ ਕੰਮ ਤਾਂ ਬਾਈ ਦੀਪ ਦੇ ਨਾਲ ਵੀ ਅਸੀਂ ਕਰਦੇ ਸੀ, ਅਤੇ ਮਤਲਬ ਹਰ ਰੋਜ਼ ਹੀ ਜਿਹੜੇ ਜਿਹੜੀ ਰੋਜ਼ਾਨਾ ਦੀ ਗਤੀਵਿਧੀ ਹੈ ਉਹਦੇ 'ਚ ਵੀ ਸਾਡਾ ਜਿਹੜਾ ਸੀ ਜਿਹੜੀ ਹਿੱਸੇਦਾਰੀ ਹੁੰਦੀ ਸੀ ਉਹ ਆਪਾਂ, ਕਿਉਂਕਿ ਟੈਕਨੋਲੋਜੀ ਦਾ ਜ਼ਮਾਨਾ ਹੈ ਅਤੇ ਬਹੁਤ ਕੁਛ ਜਿਹੜਾ ਵਾ ਉਹ ਆਪਾਂ ਕਿਤੇ ਵੀ ਬੈਠ ਕੇ ਕਰ ਸਕਦੇ ਹਾਂ। ਪਰ ਫਿਰ ਵੀ ਜਿਹੜਾ ਪੰਜਾਬ ਆਉਣ ਦੀ ਗੱਲਬਾਤ ਹੈ ਉਹਦੇ ਵਿੱਚ ਵੀ ਆਪਾਂ ਜਥੇਬੰਦੀ ਇੱਕ ਇੰਟਰਨਲ ਫੈਸਲਾ ਕਰੂਗੀ ਵੀ ਕਦੋਂ ਪੰਜਾਬ ਆਉਣਾ, ਅਤੇ ਉਦੋਂ ਆਪਾਂ ਹਾਜ਼ਰ ਹੋਵਾਂਗੇ ਸੇਵਾ ਦੇ ਵਿੱਚ। ਅਤੇ ਜਿਹੜੇ ਲੋਕਾਂ ਦਾ ਇਹ ਇਤਰਾਜ਼ ਹੈ ਇਹ ਦੂਰ ਹੋ ਜੂਗਾ ਵੀ ਕੋਈ ਇਹ ਸਿਰਫ ਵਰਚੁਅਲ ਕੰਮ ਕਰਨੀ ਹੈਗਾ। ਬਾਕੀ ਕੁਛ ਗੱਲਾਂ ਮੈਂ ਬਾਈ ਦੀਪ ਬਾਰੇ ਕਰਨੀਆਂ ਨੇ ਅਤੇ ਕੁਛ ਜਥੇਬੰਦੀ ਬਾਰੇ ਕਰਨੀਆਂ ਨੇ। ਬਾਈ ਦੀਪ ਬਾਰੇ ਜਿਹੜੀ ਗੱਲਬਾਤ ਹੈ ਉਹ ਤਾਂ ਪਹਿਲਾਂ ਇਹ ਹੈ ਵੀ ਉਹ ਇੱਕ ਬੜੀ ਮਹਾਨ ਰੂਹ ਸੀ, ਅਤੇ ਉਹਦੀ ਜਿੰਨੀ ਪਵਿੱਤਰਤਾ ਸੀ ਅਤੇ ਜਿੰਨਾ ਉਹਦਾ ਪਾਕ ਸੁਭਾਅ ਸੀ, ਮੈਨੂੰ ਲੱਗਦਾ ਵੀ ਅਸੀਂ ਬਹੁਤ ਚੜ੍ਹਦੀ ਕਲਾ ਵਾਲੇ ਹਾਂ ਅਤੇ ਬਹੁਤ ਸਾਡੇ ਲਈ ਜਿਹੜੀ ਆ ਵਡੱਪਣ ਵਾਲੀ ਗੱਲ ਹੈ ਵੀ ਸਾਨੂੰ ਉਸ ਸ਼ਖਸ ਦੀ ਸੇਵਾ ਦਾ ਵੀ ਮੌਕਾ ਮਿਲਿਆ, ਉਹਦੀ ਸੰਗਤ ਮਾਣਨ ਦਾ ਵੀ ਮੌਕਾ ਮਿਲਿਆ। ਬਹੁਤ ਕੁਛ ਅਸੀਂ ਸਿੱਖਿਆ ਅਤੇ ਮੇਰੇ 'ਚ ਨਿੱਜੀ ਤੌਰ 'ਤੇ ਬੜੇ ਬਦਲਾਅ ਜਿਹੜੇ ਮੇਰੇ ਜੀਵਨ 'ਚ ਹੋਏ ਆ,
ਬਹੁਤ ਚੀਜ਼ਾਂ ਬਹੁਤ ਵਿਕਾਰ ਐਸੇ ਸਨ ਜਿਹੜੇ ਮੇਰੇ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਮੈਂ ਉਹਦੇ ਤੋਂ ਇਹ ਵੇਖ ਕੇ ਆਪਣੇ ਆਪ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਜਾਣ ਨਾਲ ਇੱਕ ਬਹੁਤ ਵੱਡਾ ਬਦਲਾਅ ਇਸ ਗੱਲ ਦਾ ਆਇਆ ਵੀ ਮੈਨੂੰ ਇਹ ਲੱਗਾ ਵੀ ਹੁਣ ਸਿਰਫ ਆਪਾਂ ਵਿਖਾਵਾ ਨਹੀਂ ਕਰ ਸਕਦੇ ਚੀਜ਼ਾਂ ਦਾ, ਹੁਣ ਆਪਾਂ ਇਹ ਨਹੀਂ ਅੰਦਰੋਂ ਬਾਹਰੋਂ ਸਾਨੂੰ ਇੱਕ ਹੋਣਾ ਪੈਣਾ। ਸੋ ਇਹ ਇੱਕ ਮੈਂ ਸੰਗਤ ਨੂੰ ਵੀ ਇਹ ਭੈਣਾਂ ਨੂੰ ਬੀਬੀਆਂ ਨੂੰ ਵੀ ਇਹ ਸਵਾਲ ਕਰਨਾ ਚਾਹੁੰਦਾ ਹਾਂ ਵੀ ਦੇਖੋ ਬਾਈ ਦੇ ਜਾਣ ਤੋਂ ਬਾਅਦ 'ਚ ਪੰਥ ਨੇ ਇੱਕ ਬਹੁਤ ਵੱਡਾ ਜਿਹੜਾ ਵਿਰਾਗਮਈ ਜਿਹੜਾ ਮਾਹੌਲ ਸੀ ਪੰਥ 'ਚ ਉਹ ਪੈਦਾ ਹੋਇਆ, ਪਰ ਸਵਾਲ ਇਹ ਆ ਵੀ ਉਸ ਮਾਹੌਲ ਨੇ ਸਾਡੇ ਜੀਵਨ 'ਚ ਬਦਲਾਅ ਕੀ ਲਿਆਉਂਦੇ ਆ? ਜੇ ਅੱਜ ਆਪਾਂ ਉਸ ਵਿਰਾਗ ਨੂੰ ਆਪਣੇ ਜੀਵਨ 'ਚ ਕੋਈ ਬਹੁਤ ਜਿਹੜੇ ਸੰਖੇਪ ਬਦਲਾਵਾਂ ਦੇ ਰੂਪ 'ਚ ਨਾ ਬਦਲਿਆ ਤਾਂ ਕੱਲ੍ਹ ਨੂੰ ਹੋਣਾ ਕੀ ਆ ਵੀ ਉਹ ਮਾਹੌਲ ਲੰਘ ਜਾਣਾ, ਅਤੇ ਜੇ ਅਸੀਂ ਫਿਰ ਉਹ ਗੁਲਾਮੀ ਨੂੰ ਨਾ ਪਛਾਣਿਆ, ਅਸੀਂ ਆਪਣੇ ਦੁਸ਼ਮਣਾਂ ਦੀ ਪਛਾਣ ਨਾ ਕੀਤੀ, ਅਸੀਂ ਉਹਨਾਂ ਲੋਕਾਂ ਦੀ ਪਛਾਣ ਨਾ ਕੀਤੀ ਜਿਹੜੇ ਸਾਡੀ ਕੌਮ ਦੀਆਂ ਜੜ੍ਹਾਂ ਵੱਢਦੇ ਨੇ, ਅਤੇ ਆਪਾਂ ਫਿਰ ਮੇਰੇ ਖਿਆਲ ਦੇ ਨਾਲ ਬਾਈ ਦੀ ਕੁਰਬਾਨੀ ਜਿਹੜੀ ਆ ਉਹ ਵਿਅਰਥ ਜਾਊਗੀ। ਸੋ ਸਾਨੂੰ ਇੱਕ ਤਾਂ ਇਹ ਵੀ ਨਿਸ਼ਚਾ ਕਰਨਾ ਚਾਹੀਦਾ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਵੀ ਸਾਡੀ ਆਪਣਾ ਕੀ ਨਾ ਲਈਦਾ ਬਾਈ ਦੀ ਜਿਹੜੀ ਇੱਕ ਸੋਚ ਸੀ ਭਾਈ ਦੀਪ ਸਿੰਘ ਸਿੱਧੂ ਦੀ, ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹਦੇ ਮਾਇਨੇ ਤਾਂ ਹੀ ਜਿਹੜੇ ਪੂਰੇ ਹੋ ਸਕਦੇ ਆ ਵੀ ਜੇ ਆਪਾਂ ਉਹਨਾਂ ਦੀ ਵਿਚਾਰਧਾਰਾ 'ਤੇ ਚੱਲੀਏ। ਹੁਣ ਇੱਕ ਸਵਾਲ ਤਾਂ ਇਹ ਉੱਠਦਾ ਵੀ ਬਾਈ ਦੀਪ ਸਿੱਧੂ ਦੀ ਵਿਚਾਰਧਾਰਾ ਕੀ ਹੈ? ਕਿਉਂਕਿ ਹਰ ਬੰਦਾ ਆਪਣੇ ਤਰੀਕੇ ਨਾਲ ਡਿਫਾਈਨ ਕਰ ਰਿਹਾ, ਕੋਈ ਬੰਦਾ ਕਹਿ ਰਿਹਾ ਵੀ ਮੇਰੇ ਨਾਲ ਬੜੀ ਸਾਂਝ ਸੀ, ਕੋਈ ਕਹਿ ਰਿਹਾ ਮੈਂ ਕਿਸੇ ਦਾ ਕੋਈ ਇਹ ਨਹੀਂ ਕਹਿ ਰਿਹਾ ਵੀ ਕਿਸੇ ਨਾਲ ਨਹੀਂ ਸੀ ਹੈਗੀ, ਪਰ ਮੇਰੇ ਨਾਲ ਸਾਂਝ ਪੰਥਕ ਸੀ ਅਤੇ ਮੈਂ ਉਹ ਪੰਥਕ ਸਾਂਝ ਨਹੀਂ ਅੱਗੇ ਲੈ ਕੇ ਆਊਂਗਾ, ਨਿੱਜੀ ਸਾਂਝ ਜਿਹੜੀ ਉਹ ਸੈਕੰਡਰੀ ਹੁੰਦੀ ਹੈ ਕਿਉਂਕਿ ਸਾਡੀ ਪੰਥ ਦੀ ਸਾਂਝ ਸੀ ਉਹਦੇ 'ਚੋਂ ਨਿੱਜੀ ਸਾਂਝ ਪੈਦਾ ਹੋਈ ਸੀ। ਪੰਥਕ ਸਾਂਝ ਜਿਹੜੀ ਆ ਉਹ ਇੱਦਾਂ ਦੀ ਸੀ ਵੀ ਜੋ ਬਾਈ ਦੀਪ ਸਿੱਧੂ ਦੇ ਸੁਪਨੇ ਸੀ ਪੰਜਾਬ ਨੂੰ ਲੈ ਕੇ ਪੰਥ ਨੂੰ ਲੈ ਕੇ ਉਹ ਬੜੇ ਉੱਚੇ ਸੀ, ਅਤੇ ਉਹਦੇ ਲਈ ਉਹਨੇ ਤਿਆਰੀ ਵੀ ਕੀਤੀ ਸੀ, ਉਹਨੇ ਅੰਦਰੋਂ ਬਾਹਰੋਂ ਆਪਣੇ ਆਪ ਨੂੰ ਬਦਲਿਆ ਵੀ ਸੀ, ਅਸੀਂ ਬਦਲਾਵ ਉਹਦੇ ਲਈ ਵਿੱਚ ਪ੍ਰਤੱਖ ਦੇਖਿਆ ਆਪਣੀ ਅੱਖਾਂ ਦੇ ਨਾਲ। ਸੋ ਇੱਕ ਤਾਂ ਉਹਦਾ ਸੁਪਨਾ ਸੀ ਵੀ ਪੰਜਾਬ ਖੁਦ ਮੁਖਤਿਆਰ ਹੋਵੇ, ਪੰਜਾਬ ਆਜ਼ਾਦ ਹੋਵੇ, ਮਤਲਬ ਸਿੱਧੇ ਸ਼ਬਦਾਂ 'ਚ ਸੌਖੇ ਸ਼ਬਦਾਂ 'ਚ ਖਾਲਿਸਤਾਨ ਦੀ ਪ੍ਰਾਪਤੀ ਦਾ ਸੁਪਨਾ ਦੀਪ ਬਾਈ ਦਾ ਸਭ ਤੋਂ ਉੱਚਾ ਇੱਕ ਸੁਪਨਾ ਸੀ ਅਤੇ ਬੜਾ ਪਵਿੱਤਰ ਸੁਪਨਾ ਉਸਨੂੰ ਉਹ ਵੇਖਦਾ ਸੀ, ਕਿਉਂਕਿ ਇਹ ਸੱਚਾਈ ਹੈ ਵੀ ਕੌਮਾਂ ਜਿਹੜੀਆਂ ਨੇ ਉਹ ਆਜ਼ਾਦੀ ਤੋਂ ਬਿਨਾਂ ਰੁਲ ਜਾਂਦੀਆਂ ਨੇ, ਅਤੇ ਆਜ਼ਾਦੀ ਤੋਂ ਬਿਨਾਂ ਕਿਸੇ ਵੀ ਕੌਮ ਦਾ ਸਰਵਾਈਵ ਕਰਨਾ ਪੋਸੀਬਲ ਨਹੀਂ। ਸਾਡੀ ਅੱਜ ਸਾਰੀ ਊਰਜਾ ਕੌਮ ਦੀ ਉਹਨਾਂ ਮਸਲਿਆਂ 'ਚ ਲੱਗ ਰਹੀ ਹੈ ਜਿਹੜੇ ਪੈਦਾ ਨਹੀਂ ਹੋਣੇ ਚਾਹੀਦੇ, ਜਿਹੜੇ ਆਜ਼ਾਦ ਕੌਮਾਂ ਨੂੰ ਕਦੇ ਫੇਸ ਨਹੀਂ ਕਰਨੇ ਪੈਂਦੇ, ਚਾਹੇ ਬੋਲੀ ਦੇ ਮਸਲੇ ਹੋਣ, ਚਾਹੇ ਪਾਣੀਆਂ ਦੇ ਮਸਲੇ ਹੋਣ, ਚਾਹੇ ਜੈਨੋਸਾਈਡ ਹੋਣ, ਚਾਹੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਵੇ, ਇਹ ਗੁਲਾਮ ਕੌਮਾਂ ਨਾਲ ਸਭ ਕੁਝ ਵਾਪਰਦਾ ਹੈ ਅਤੇ ਉਹਨਾਂ ਦੀ ਸਾਰੀ ਊਰਜਾ ਇਸੇ ਦੇ ਖਿਲਾਫ ਲੱਗ ਜਾਂਦੀ ਹੈ। ਸੋ ਇੱਕ ਤਾਂ ਸਾਡੀ ਜਥੇਬੰਦੀ ਜਿਹੜੀ ਆ ਉਹ ਪੰਜਾਬ ਦੀ ਚੜ੍ਹਦੀ ਕਲਾ ਦੇ ਹਰ ਸਿਧਾਂਤ 'ਤੇ ਖੜ੍ਹੀ ਹੈ, ਜੇ ਕੋਈ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਉਹਦੇ ਵੀ ਨਾਲ ਆ, ਪਰ ਅਸੀਂ ਇਹ ਗੱਲ ਬੜੀ ਸਾਫ਼ ਕੀਤੀ ਹੈ ਬਹੁਤ ਥਾਵਾਂ ਦੇ ਉੱਤੇ, ਬਾਈ ਦੀਪ ਨੇ ਵੀ ਕੀਤੀ ਹੈ ਵੀ ਜਿਹੜਾ ਅਖੀਰੀ ਸਾਡਾ ਸੁਪਨਾ ਹੈ ਉਹ ਖਾਲਿਸਤਾਨ ਦਾ ਹੀ ਸੁਪਨਾ ਹੈ, ਅਤੇ ਉਹਦੇ 'ਚ ਇਹ ਸਾਨੂੰ ਸਮਝ ਲੈਣਾ ਚਾਹੀਦਾ ਵੀ ਉਹਦੇ ਤੋਂ ਬਿਨਾਂ ਜਿਹੜਾ ਵਾ ਕੌਮ ਦਾ ਸਰਵਾਈਵਲ ਪੋਸੀਬਲ ਨਹੀਂ ਹੈਗਾ। ਜਦੋਂ ਜਥੇਬੰਦੀ ਅਨਾਊਂਸ ਕੀਤੀ ਸੀ ਆਪਾਂ, ਉਦੋਂ ਜਥੇਬੰਦੀ ਜਿਹੜੀ ਹੈ ਇਹ ਇੱਕ ਸੋਸ਼ਲ ਸਟਰਕਚਰ 'ਤੇ ਕੰਮ ਕਰਨ ਲਈ, ਭਾਵ ਸਮਾਜਿਕ ਅਤੇ ਸਮਾਜ ਦੇ ਢਾਂਚੇ 'ਤੇ ਕੰਮ ਕਰਨ ਲਈ ਜਥੇਬੰਦੀ ਇਹ ਬਣੀ ਸੀ। ਹੁਣ ਸਮਾਜ ਦੇ ਢਾਂਚੇ 'ਤੇ ਕੰਮ ਕਰਨਾ ਇਹ ਵੀ ਗੱਲ ਸਮਝਣ ਦੀ ਲੋੜ ਹੈ ਵੀ ਆਪਾਂ ਇਹਨੂੰ ਅੰਡਰਸਟੈਂਡ ਕਰੀਏ ਵੀ ਇਹ ਕੀ ਹੈ, ਸਮਾਜ ਕੀ ਹੈ? ਸਮਾਜ ਸਾਡੇ ਲੋਕਾਂ ਦਾ ਸਮੂਹ ਹੈ, ਇੱਕ ਕੌਮੀਅਤ ਹੈ ਸਾਡੇ ਅੰਦਰ, ਪਰ ਪਿਛਲੇ 150 ਸਾਲ ਦੀ ਗੁਲਾਮੀ ਜਿਹੜੀ ਹੈ, 1849 ਨੂੰ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ, ਅਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਪਹਿਲੇ ਕੰਮ ਇਹ ਕੀਤੇ ਵੀ ਜਿਹੜਾ ਪੰਜਾਬ ਦਾ ਇੱਕ ਕਲਚਰ ਸੀ, ਜਿਹੜੀ ਪੰਜਾਬ 'ਚ ਇੱਕ ਸਿੱਖ ਕਲਚਰ ਸੀ, ਉਹਨੂੰ ਐਲੀਮੀਨੇਟ ਕਰਨ ਲਈ, ਉਹਨੂੰ ਰਿਪਲੇਸ ਕਰਨ ਲਈ ਉਹਨਾਂ ਨੇ ਆਪਣੇ ਐਜੂਕੇਸ਼ਨ ਸਿਸਟਮ ਲੈ ਕੇ ਆਉਂਦੇ, ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਸੀ, ਸਿੱਖਿਆ ਸਿਸਟਮ ਸੀ, ਉਹਨੂੰ ਐਲੀਮੀਨੇਟ ਕਰ ਦਿੱਤਾ, ਪੰਜਾਬ ਦੇ ਵਿੱਚ ਜਿਹੜੇ ਲਾਅ ਦੇ ਸਿਸਟਮ ਸੀ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ। ਇਹਦੇ ਮੁਤਲਕ ਬਹੁਤ ਜਾਣਕਾਰੀ ਪਈ ਹੈ, JW ਰਾਈਟਨਰ ਦੀਆਂ ਕਿਤਾਬਾਂ ਨੇ, ਐਜੂਕੇਸ਼ਨ ਦੇ ਉੱਪਰ ਵੀ ਸਾਰਾ ਕੁਝ ਲਿਖਿਆ ਉਹਨਾਂ ਨੇ, ਹੈ ਨਾ, ਬਹੁਤ ਉਹਦੇ ਆਪਾਂ ਡਿਸਕਸ ਕਰਨ ਦੀ ਲੋੜ ਨਹੀਂ। ਪਰ ਆਪਾਂ ਉਸ ਢਾਂਚੇ ਨੂੰ ਰਿਵਾਈਵ ਕਿਵੇਂ ਕਰਨਾ? ਰਿਵਾਈਵਲ ਬਹੁਤ ਜ਼ਰੂਰੀ ਹੈ। ਤੁਸੀਂ ਜਿਹੜਾ ਇੱਕ ਤਾਂ ਪੋਲੀਟੀਕਲ ਸਟਰਕਚਰ ਹੈ ਸਾਡੇ ਕੋਲ, ਉਹ ਵੀ ਇੱਕ ਢਾਂਚਾ ਹੈ ਵੀ ਜਿਹੜੇ ਪੰਜਾਬ 'ਚ ਇੱਕ ਰਾਜਨੀਤੀ ਚੱਲਦੀ ਹੈ, ਇਲੈਕਟੋਰਲ ਪੋਲੀਟਿਕਸ ਦੀ ਰਾਜਨੀਤੀ ਹੈ, ਉਹਨੂੰ ਵੀ ਅਬੈਂਡਨ ਨਹੀਂ ਛੱਡਿਆ ਜਾ ਸਕਦਾ। ਜੇ ਕੋਈ ਬੰਦਾ ਕਹਿੰਦਾ ਵੀ ਨਹੀਂ ਉਹਦੇ 'ਚ ਇਨਵੋਲਵਮੈਂਟ ਨਾ ਲਓ, ਸਾਡੀ ਜਥੇਬੰਦੀ ਇਸ ਗੱਲ ਨਾਲ ਸਹਿਮਤ ਨਹੀਂ ਹੈਗੀ। ਬੇਸ਼ੱਕ ਅਸੀਂ ਡਾਇਰੈਕਟ ਇਨਵੋਲਵਮੈਂਟ ਤੋਂ ਸਦਾ ਹੀ ਮਨਾ ਕੀਤਾ ਅਤੇ ਸਦਾ ਕਰਦੇ ਰਹਾਂਗੇ, ਪਰ ਜਿਵੇਂ ਇਸ ਵਾਰ ਜਥੇਬੰਦੀ ਨੇ ਸਰਦਾਰ ਮਾਨ ਦੀ ਸਪੋਰਟ ਕੀਤੀ ਹੈ, ਅਕਾਲੀ ਦਲ ਅੰਮ੍ਰਿਤਸਰ ਦੀ ਸਪੋਰਟ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਉਹ ਇਸ ਬਣਾ 'ਤੇ ਕੀਤੀ ਹੈ ਵੀ ਸਾਡੀ ਕੋਈ ਨਾ ਕੋਈ ਪੰਥਕ ਧਿਰ ਜ਼ਰੂਰ ਹੋਣੀ ਚਾਹੀਦੀ ਹੈ। ਪਾਵਰ ਦਾ ਕੋਈ ਵੀ ਜਿਹੜਾ ਸਟਰਕਚਰ ਹੈ ਉਹਨੂੰ ਤੁਸੀਂ ਅਬੈਂਡਨ ਨਹੀਂ ਛੱਡਣਾ, ਉਹਨੂੰ ਤੁਸੀਂ ਹਮੇਸ਼ਾ ਹੀ ਫਿਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੱਕ ਤਾਂ ਇਹ ਗੱਲ ਹੈ, ਦੂਜੀ ਜਿਹੜੇ ਸਮਾਜਿਕ ਢਾਂਚਿਆਂ ਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਇੱਥੇ ਥੋੜ੍ਹੀ ਡਿਸਕਸ਼ਨ ਹੋ ਜਾਵੇ। ਸਮਾਜਿਕ ਢਾਂਚਿਆਂ 'ਚ ਮੇਨਲੀ ਆਪਣੇ ਇੱਕ ਪਿੰਡਾਂ ਦਾ ਸਟਰਕਚਰ ਹੈ, ਸਿੱਖਿਆ ਦਾ ਪ੍ਰਬੰਧ ਹੈ, ਸਿਹਤ ਸਹੂਲਤਾਂ ਦਾ ਪ੍ਰਬੰਧ ਹੈ,
ਫਿਰ ਸਾਡੇ 'ਚ ਜਿਹੜੇ ਆਪਣਾ ਲੀਗਲ ਸਿਸਟਮ ਨੇ, ਜਿਹੜੇ ਆਪਣੇ ਲਾਅ ਦੇ ਪ੍ਰਬੰਧ ਨੇ, ਕਾਨੂੰਨੀ ਪ੍ਰਬੰਧ ਨੇ, ਹੈ ਨਾ, ਇੱਕ ਸਾਡਾ ਧਾਰਮਿਕ ਸਟਰਕਚਰ ਹੈ, ਇੱਕ ਸਾਡਾ ਕਲਚਰਲ ਸਟਰਕਚਰ ਹੈ। ਸੋ ਇੱਕ ਤਾਂ ਉਹਦੀ ਪੋਜੀਸ਼ਨਿੰਗ ਜਿਹੜੀ ਉਹ ਬੜੀ ਇੰਬੈਲੈਂਸ ਹੋ ਚੁੱਕੀ ਹੈ, ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਮਾਰ ਕਿੱਥੇ ਖਾ ਰਹੇ ਹਾਂ। ਜਦੋਂ ਆਪਾਂ ਇਹ ਇਲਜ਼ਾਮ ਲਾਉਂਦੇ ਹਾਂ ਨਾ ਪੂਰੀ ਲਕਾਈ ਦੇ ਉੱਤੇ ਵੀ ਦੇਖੋ ਜੀ ਇਹ ਫਲਾਣੇ ਨੂੰ ਵੋਟਾਂ ਪਾ ਦਿੰਦੇ ਆ, ਇਹ ਇਹ ਸੱਚ ਦੇ ਨਾਲ ਨਹੀਂ ਖੜਦੇ, ਅਸਲ 'ਚ ਰਿਐਲਿਟੀ ਇਹ ਨਹੀਂ ਹੈ। ਤੁਸੀਂ ਅੱਜ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਆ ਉਹਨੂੰ ਤੁਸੀਂ ਇਹ ਨਾ ਵੇਖੋ ਵੀ ਇਹ ਸਮਝਣ ਵਾਲੇ ਲੋਕ ਆ, ਉਹਨਾਂ ਨੂੰ ਇਹ ਵੇਖੋ ਵੀ 150 ਸਾਲ ਦੀ ਜਿਹੜੀ ਗੁਲਾਮੀ ਹੈ ਉਹਨੇ ਉਹਦਾ ਪ੍ਰੋਡਕਟ ਤਿਆਰ ਹੋਇਆ ਪੰਜਾਬ ਦੇ ਵਿੱਚ। ਅੱਜ ਮੌਜੂਦਾ ਜੋ ਬੰਦਾ ਵਾ ਉਹਦੇ 'ਤੇ ਕਿਤੇ ਨਾ ਕਿਤੇ 150 ਸਾਲ ਦੀ ਜਿਹੜੀ ਗੁਲਾਮੀ ਹੈ ਉਹਦਾ ਅਸਰ ਹੈ। ਸੋ ਸਾਨੂੰ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਵੀ ਆਪਾਂ ਲੋਕਾਂ ਨੂੰ ਨਾ ਕਿ ਕਲਪਰੇਟ ਦੇ ਤੌਰ 'ਤੇ, ਭਾਵੇਂ ਉਹ ਕਾਂਗਰਸੀਆਂ ਨਾਲ ਜੁੜੇ ਹੋਣ, ਭਾਵੇਂ ਅਕਾਲੀਆਂ ਨਾਲ ਜੁੜੇ ਹੋਣ, ਭਾਵੇਂ ਉਹ ਕਿਸੇ ਨਾਲ ਵੀ ਜੁੜੇ ਹੋਣ, ਭਾਵੇਂ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਹੋਣ, ਉਹਨਾਂ ਨੂੰ ਆਪਾਂ ਕਲਪਰੇਟ ਤੌਰ 'ਤੇ ਨਹੀਂ, ਦੋਸ਼ੀ ਦੇ ਤੌਰ 'ਤੇ ਨਹੀਂ, ਇੱਕ ਵਿਕਟਮ ਦੇ, ਇੱਕ ਮਰੀਜ਼ ਦੇ ਤੌਰ 'ਤੇ ਦੇਖੀਏ ਵੀ ਉਹਨਾਂ ਦੀ ਮਾਨਸਿਕਤਾ ਨੂੰ ਗੁਲਾਮ ਕੀਤਾ ਗਿਆ ਅਤੇ ਉਹਨਾਂ ਦੇ ਜਿਹੜੇ ਫੈਸਲੇ ਆ ਉਹ ਬਹੁਤ ਹੀ ਵਾਰ 'ਤੇ ਇਨਫਲੂਐਂਸਡ ਹੁੰਦੇ ਆ, ਉਹਨਾਂ ਦੇ ਆਪਣੇ ਫੈਸਲੇ ਨਹੀਂ ਹੁੰਦੇ ਉਹ। ਸੋ ਇੱਕ ਤਾਂ ਇਹ ਗੱਲ ਹੈ ਵੀ ਜਦੋਂ ਸਮਾਜਿਕ ਸਟਰਕਚਰ 'ਤੇ ਆਪਾਂ ਕੰਮ ਕਰਨਾ ਸ਼ੁਰੂ ਕਰਨਾ ਹੈ ਉਹਦੇ 'ਚ ਆਪਾਂ ਪਿੰਡਾਂ ਨੂੰ ਖੁਦ, ਬਾਈ ਦੀਪ ਸਿੱਧੂ ਦਾ ਇੱਕ ਨਾਰਾ ਸੀ ਪਿੰਡ ਪਿੰਡ ਖੁਦ ਮੁਖਤਿਆਰ, ਉਹ ਨਾਰੇ ਦਾ ਅਰਥ ਇਹ ਸੀ ਵੀ ਪਿੰਡ ਜਿਹੜੇ ਆ ਸੈਲਫ ਸਸਟੇਨਿੰਗ ਢਾਂਚੇ ਬਣਨ, ਪਿੰਡ ਕਿਸੇ 'ਤੇ ਰਿਲਾਏ ਨਾ ਕਰਨ, ਸਟੇਟ 'ਤੇ ਰਿਲਾਏ ਨਾ ਕਰਨ, ਪਿੰਡ ਫਾਈਨੈਂਸ਼ਲੀ ਸਟੇਟ 'ਤੇ ਰਿਲਾਏ ਨਾ ਕਰਨ, ਲਾਅਲੀ ਸਟੇਟ 'ਤੇ ਰਿਲਾਏ ਨਾ ਕਰਨ, ਸਾਡਾ ਪੰਚਾਇਤੀ ਸਿਸਟਮ ਜਿਹੜਾ ਉਹਨੂੰ ਰਿਵਾਈਵ ਕੀਤਾ ਜਾਵੇ, ਖਾਲਸਾਈ ਪੰਚਾਇਤਾਂ ਇਸਟੈਬਲਿਸ਼ ਕੀਤੀਆਂ ਜਾਣ। ਬਹੁਤ ਜਿਹੜੇ ਅੱਜ ਦੇਖੋ ਅੱਜ ਕੋਈ ਛੋਟਾ ਜਿਹਾ ਮਸਲਾ ਕੋਰਟ 'ਚ ਜਾਂਦਾ ਅਤੇ ਕੋਰਟ ਦਾ ਜਿਹੜਾ ਸਿਸਟਮ ਹੈ ਉਹ ਬਣਿਆ ਹੀ ਇਸ ਤਰੀਕੇ ਦੇ ਨਾਲ ਹੈ ਵੀ ਉਹ ਘਰ ਤੋੜਨ ਨੂੰ ਬਣਿਆ, ਮਤਲਬ ਜਿਹੜਾ ਮਸਲਾ 4 ਬੰਦੇ ਸਿਆਣੇ ਹੱਲ ਕਰ ਸਕਦੇ ਆ, ਕੋਰਟ ਉਸ ਮਸਲੇ ਨੂੰ ਜਿਹੜਾ ਵਾ ਮਤਲਬ ਖਤਮ ਕਰਨ ਦਾ ਪਰਿਵਾਰਾਂ ਦੇ ਪਰਿਵਾਰ, ਕਿਉਂਕਿ ਉਹਨਾਂ ਵਾਸਤੇ ਜਿਹੜਾ ਵਾ ਪਾਵਰ ਅਤੇ ਸਟਰਕਚਰ ਜਿਹੜੇ ਉਹਨਾਂ ਨੂੰ ਤੋੜਨਾ ਪੈਣਾ। ਜਿਹੜੀ ਕੌਮ ਦੇ ਵਿੱਚ ਫੈਮਿਲੀ ਸਟਰਕਚਰ ਤਗੜੇ ਹੋਣਗੇ, ਪਰਿਵਾਰਕ ਸਟਰਕਚਰ ਤਗੜੇ ਹੋਣਗੇ, ਉਹ ਕੌਮਾਂ ਨੂੰ ਗੁਲਾਮ ਕਰਨਾ ਔਖਾ ਹੋ ਜਾਂਦਾ ਹੈ। ਸੋ ਦੂਜਾ ਸਟਰਕਚਰ ਆ ਇੱਕ ਆਪਣਾ ਐਜੂਕੇਸ਼ਨ ਦਾ। ਹੁਣ ਐਜੂਕੇਸ਼ਨ ਬਹੁਤ ਵਧੀਆ ਟੂਲ ਹੈ, ਪਰ ਐਜੂਕੇਸ਼ਨ ਜਿਹੜੀ ਹੈ ਉਹ ਟੂਲ ਜੇ ਤਾਂ ਤੁਹਾਡੇ ਹੱਥ 'ਚ ਹੈ ਫਿਰ ਤੁਹਾਡੇ ਲਈ ਵਧੀਆ, ਜੇ ਕਿਸੇ ਦੇ ਹੱਥ 'ਚ ਹੈ ਫਿਰ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੈ। ਕਿਉਂਕਿ ਦੇਖੋ ਜਦੋਂ ਅਬਦਾਲੀ ਆਇਆ, ਸਿੱਖਾਂ ਨੂੰ ਪਤਾ ਸੀ ਸਿੱਖਾਂ ਨੇ ਆਪਣੇ ਬੱਚੇ ਅਬਦਾਲੀ ਦੇ ਸਕੂਲਾਂ 'ਚ ਨਹੀਂ ਪੜ੍ਹਾਏ, ਉਹਨਾਂ ਮਦਰਸਿਆਂ 'ਚ ਆਪਣੇ ਬੱਚੇ ਨਹੀਂ ਭੇਜੇ। ਸੋ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਕੋਈ ਮਤਲਬ ਇੱਦਾਂ ਦਾ ਕੋਈ ਢਾਂਚਾ ਨਹੀਂ ਹੁੰਦਾ ਵੀ ਜੇ 'ਚ ਤੁਸੀਂ ਆਪਾਂ ਅੱਖਾਂ ਮੀਟ ਕੇ ਬੱਚਿਆਂ ਨੂੰ ਤੋਰ ਦਈਏ ਤਾਂ ਆਪਾਂ ਨੂੰ ਐਂ ਲੱਗੂਗਾ ਵੀ ਜੇ ਉਹ 16 ਜਮਾਤਾਂ ਪੜ੍ਹ ਗਏ ਤਾਂ ਉਹ ਬਹੁਤ ਵਧੀਆ ਬਣ ਗਏ। ਆਪਾਂ ਨੂੰ ਇਹ ਵੇਖਣਾ ਪੈਣਾ ਵੀ ਐਜੂਕੇਸ਼ਨ ਸਿਸਟਮ ਦੇ ਵਿੱਚ ਕੰਟੈਂਟ ਕੀ ਪ੍ਰੋਵਾਈਡ ਕੀਤਾ ਜਾ ਰਿਹਾ। ਜੇ ਆਪਾਂ ਪੈਸਾ ਖਰਚ ਕੇ ਆਪਣੇ ਬੱਚਿਆਂ ਨੂੰ ਆਪ ਸਿੱਖ ਵਿਰੋਧੀ ਬਣਾ ਰਹੇ ਹਾਂ ਸਕੂਲਾਂ 'ਚ ਭੇਜ ਕੇ, ਕਾਨਵੈਂਟ ਸਕੂਲਾਂ 'ਚ, ਤਾਂ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਜਿਹੜਾ ਐਜੂਕੇਸ਼ਨ ਸਿਸਟਮ ਉਹ ਸਟਰਕਚਰਲ ਪ੍ਰੋਬਲਮ ਨਹੀਂ ਹੈਗੀ, ਮਤਲਬ ਉਹਦੇ ਸਟਰਕਚਰ ਦਾ ਨਹੀਂ ਵੀ ਸਕੂਲ ਕਿੱਡਾ ਢਾਂਚਾ ਕਿੱਡਾ ਵਧੀਆ ਬਣਿਆ। ਜਿੱਦਾਂ ਕਈ ਬੰਦੇ ਉੱਠ ਕੇ ਕਹਿਣ ਲੱਗ ਪੈਂਦੇ ਵੀ ਦੇਖੋ ਜੀ ਸਕੂਲ ਬਣਾ ਦਿਆਂਗੇ, ਇਹਦੀ ਬਿਲਡਿੰਗ ਬਣਾ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਹਿਲਾਂ ਤਾਂ ਸਾਨੂੰ ਅੰਡਰਸਟੈਂਡ ਇਹ ਕਰਨਾ ਚਾਹੀਦਾ ਹੈ ਵੀ ਜਿਹੜੀ ਬਿਲਡਿੰਗ ਬਣਾਉਣੀ ਆ ਨਾ ਉਹ ਇੰਪੋਰਟੈਂਟ ਨਹੀਂ, ਇੰਪੋਰਟੈਂਟ ਹੁੰਦਾ ਕੰਟੈਂਟ ਕੀ ਆ। ਜੇ ਸਕੂਲ ਦੇ ਵਿੱਚ ਪੜ੍ਹਾਉਣ ਵਾਲੀ ਜਿਹੜੀ ਚੀਜ਼ ਹੈ ਉਹ ਤੁਹਾਨੂੰ ਆਪਾ ਵਿਰੋਧੀ ਬਣਾ ਰਹੀ ਹੈ, ਤੁਹਾਡੇ ਪੰਥ ਦੇ ਵਿਰੋਧ 'ਚ ਖੜਾ ਕਰ ਰਹੀ ਹੈ, ਅਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਸਟਰਕਚਰ ਚੇਂਜਸ ਜਿਹੜੇ ਆ ਉਹ ਕੰਟੈਂਟ ਦੇ ਲੈਵਲ 'ਤੇ ਕਰਨੇ ਚਾਹੀਦੇ ਆ, ਨਾ ਕਿ ਮਤਲਬ ਜਿਹੜਾ ਵਾ ਇਨਫਰਾਸਟਰਕਚਰ ਦੇ ਲੈਵਲ ਦੇ ਉੱਤੇ। ਸੋ ਇੱਕ ਤਾਂ ਇਹ ਸਕੂਲ ਬਾਰੇ ਗੱਲਬਾਤ ਹੋਊਗੀ। ਦੂਜਾ ਜਿਹੜਾ ਵਾ ਆਪਾਂ ਜਦੋਂ ਸੈਲਫ ਸਸਟੇਨਿੰਗ ਢਾਂਚੇ ਦੀ ਗੱਲ ਕਰਦੇ ਹਾਂ ਪਿੰਡਾਂ ਦੇ ਵਿੱਚ, ਤਾਂ ਆਪਾਂ ਉਹਦੇ ਲਈ ਇੱਕ ਅਲਟਰਨੇਟਿਵ ਬੈਂਕਿੰਗ ਸਿਸਟਮ ਦੀ ਵੀ ਅਸੀਂ ਜਿਹੜੀ ਗੱਲ ਕੀਤੀ ਸੀ ਬਾਈ ਦੀਪ ਦੇ ਨਾਲ, ਸਾਰੀ ਉਹ ਸਲਾਹ ਮਸ਼ਵਰੇ ਹੋਏ ਸੀ ਸਾਡੀ, ਉਹਨਾਂ ਦੀ ਇਹ ਸਲਾਹ ਸੀ ਵੀ ਆਪਾਂ ਸਟੇਟ 'ਤੇ ਆਪਣੀ ਰਿਲਾਇਬਿਲਟੀ ਬਿਲਕੁਲ ਖਤਮ ਕਰਨੀ, ਮਤਲਬ ਮਿਨੀਮਮ ਰਿਲਾਇਬਿਲਟੀ ਸਾਡੀ ਹੋਵੇ ਵੀ ਸਟੇਟ ਕੀ ਸਾਨੂੰ ਪ੍ਰੋਵਾਈਡ ਕਰਦੀ ਹੈ ਇਹਦੇ ਨਾਲ ਕੋਈ ਫਰਕ ਨਾ ਪਵੇ। ਪੰਜਾਬ ਨਾਲ ਵੈਸੇ ਵੀ ਸਟੇਟ ਧੱਕਾ ਕਰ ਰਹੀ ਹੈ, ਪਿਛਲੇ 70-80 ਸਾਲਾਂ ਤੋਂ ਪੰਜਾਬ ਨੂੰ ਇੱਕ ਕਲੋਨੀ ਦੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ, ਜਿਹਦੇ ਰਿਸੋਰਸਿਸ ਲੁੱਟੇ ਜਾਂਦੇ ਆ, ਜਿਹਦੀ ਨੌਜਵਾਨੀ ਦਾ ਕਤਲੇਆਮ ਕੀਤਾ ਜਾਂਦਾ, ਅਤੇ ਬਾਅਦ 'ਚ ਸਾਰਾ ਦੋਸ਼ ਵੀ ਸਿੱਖਾਂ 'ਤੇ ਮੜ ਦਿੱਤਾ ਜਾਂਦਾ ਵੀ ਇਹ ਤੁਹਾਡਾ ਹੀ ਕਸੂਰ ਹੈ। ਸੋ ਅੱਜ ਵੀ ਭਾਖੜੇ ਡੈਮ ਦਾ ਮਸਲਾ ਭਖਿਆ ਹੋਇਆ, ਮਤਲਬ ਇਹ ਮਸਲੇ ਸਾਰੇ ਗੁਲਾਮੀ ਦੇ ਲੱਛਣ ਆ, ਇਹ ਸਿਮਟਮਸ ਆ ਇਹ, ਪਰ ਇਹ ਜੇ ਆਪਾਂ ਇਹਨੂੰ ਇਕੱਲੇ ਇਕੱਲੇ ਨੂੰ ਫੜ ਕੇ ਲੜਾਂਗੇ ਤਾਂ ਆਪਾਂ ਕਦੇ ਲੜਾਈ ਨਹੀਂ ਜਿੱਤ ਸਕਦੇ। ਫੋਰ ਐਗਜ਼ਾਮਪਲ ਵੀ ਜਦੋਂ ਆਪਾਂ ਗੁਲਾਮੀ ਜਿਹੜੀ ਹੈ ਉਹ ਆਪਣਾ ਰੂਟ ਕੌਜ਼ ਹੈ, ਉਹਦੇ 'ਚੋਂ ਇਹ ਲੱਛਣ ਪੈਦਾ ਹੁੰਦੇ ਅਤੇ ਆਪਣੇ ਇਕੱਲਿਆਂ ਨਾਲ ਨਹੀਂ ਪੈਦਾ ਹੋਏ, ਦੁਨੀਆਂ 'ਚ ਜਿੱਥੇ ਵੀ ਕੋਈ ਕੌਮ ਗੁਲਾਮ ਹੋਈ ਹੈ ਉਹਨਾਂ ਦਾ ਸੱਭਿਆਚਾਰ, ਉਹਨਾਂ ਦੀ ਬੋਲੀ, ਉਹਨਾਂ ਦਾ ਜਿਹੜਾ ਵਾ ਰਹਿਣ ਸਹਿਣ, ਖਾਣ ਪੀਣ, ਪਹਿਰਾਵਾ, ਉਹਨਾਂ ਦੇ ਇਨਵਾਇਰਮੈਂਟ ਜਿਹੜਾ ਵਾ ਵਾਤਾਵਰਨ ਆ, ਉਹਨਾਂ ਦੇ ਨੈਚੁਰਲ ਰਿਸੋਰਸਿਸ ਜਿਹੜੇ ਕੁਦਰਤੀ ਸੰਸਾਧਨ ਆ ਉਹ ਸਾਰਾ ਕੁਝ ਤਬਾਹ ਕੀਤਾ ਗਿਆ। ਅਤੇ ਇਹ ਗੁਲਾਮੀ ਦੀ ਕੌਮ ਨੂੰ ਗੁਲਾਮ ਰੱਖਣ ਲਈ ਜ਼ਰੂਰੀ ਹੁੰਦਾ ਇਹਨਾਂ ਨੂੰ ਤਬਾਹ ਕਰਨਾ, ਪਰ ਕੌਮਾਂ ਕੋਲ ਸਲਿਊਸ਼ਨ ਇੱਕ ਹੁੰਦਾ ਵੀ ਜਾਂ ਤਾਂ ਉਹ ਇਕੱਲੇ ਇਕੱਲੇ ਮਾਰ 'ਤੇ ਲੜਦੇ ਰਹਿਣ, ਅਤੇ ਜਾਂ ਫਿਰ ਉਹ ਇਹ ਸਮਝ ਲੈਣ ਵੀ ਇਹ ਸਾਰਾ ਮਸਲਾ ਗੁਲਾਮੀ 'ਚ ਉਪਜਿਆ, ਅਤੇ ਆਪਾਂ ਗੁਲਾਮੀ ਨੂੰ ਜਿੱਦਣ ਦੂਰ ਕਰ ਲਿਆ ਇਹ ਆਪਣੇ ਆਪ ਖਤਮ ਹੋ ਜਾਣੀਆਂ ਚੀਜ਼ਾਂ। ਮਤਲਬ ਜੇ ਸਿੱਖਾਂ ਦਾ ਰਾਜ ਹੋਵੇ ਤਾਂ ਇਹ ਚੀਜ਼ਾਂ ਸਰਵਾਈਵ ਨਹੀਂ ਕਰ ਸਕਦੀਆਂ, ਫਿਰ ਪੰਜਾਬੀ ਬੋਲੀ ਆਪਣੇ ਆਪ ਹੀ ਲਾਗੂ ਹੋ ਜਾਣੀ, ਫਿਰ ਤੁਹਾਨੂੰ ਉਹਦੇ ਲਈ ਧਰਨੇ ਮੋਰਚੇ ਨਹੀਂ ਲਾਉਣੇ ਪੈਣੇ, ਤੁਹਾਨੂੰ ਬੈਂਕਾਂ ਵਾਲਿਆਂ ਦੇ ਤਰਲੇ ਨਹੀਂ ਕਰਨੇ ਪੈਣੇ, ਫਿਰ ਤੁਹਾਨੂੰ
डेमोग्राफी बदली जा रही पंजाब की, वो चिंता करने की लड़ नहीं पैनी। फिर ताकि जी माइग्रेशन पंजाब उजण उजण की हो रही है, पैसे ला के कोल रिसोर्स खर्च के, वह भी नहीं होनी है ना। जिमें अज तुम देखो भी एक स्लो जेनोसाइड चल रहा अपना, इनू आप कई कई लोग की समझते हैं भी 84 जी वायलेंस शुरू हुई स्टेट की तो 95 चो खत्म हो गई, पर इदा नहीं होंगे। स्टेट कदे भी गुलाम कौमों कल्या नहीं छड़ती भी हूँ इन्होंने जुलम करता है तो हूँ इन्हों छो। स्टेट की करती है भी वो एक मौके के उत्ते जो उन्होंने पता लग जाता भी हूँ इन्हों असी वायलेंस ना बहुत दबा लिया, फिर वो अपनी नवी पॉलिसी लैके आती है। उस पॉलिसी कल्चरल जेनोसाइड भी होंगे, इकनोमिकल जेनोसाइड भी होंगे। उस पॉलिसी मानसिक जेनोसाइड करते हो। हुण 95 तो बाद जिहड़ी कल्चरल जेनोसाइड की लहर चली है, जिवें कलाकार लियांदे गए आ पंजाब दे विच, जिवें जो कुछ उन्हें कीता सारा कुछ है ना, वह सारा कुछ ही आपां नूं पता है। उहदी डिस्कशन आपां इत्थे नहीं करदे, पर फिर भी आपां नूं अंडरसटैंड करना चाहिए भी जेनोसाइड अपना रुकिया नहीं कितें। जेनोसाइड इदां दी चीज़ नहीं हैगी भी जिहड़ा 84 तो 95 तक रुक गया। उस तों बाद जिन्हें मुंडे साढ़े गोली नाल इन्हां ने शहीद किए आ, उस तों वध नौजवान साढ़े नशे च मारे गए। हुण नशा कोई इदां दी गल थोड़ी भी नैचुरली तुहाडे नौजवानां दे मूँह चण के पै जांदा। हुण कई बार कह दिंदा भी तुहानूं कौन दिंदा तुसीं ना पीओ, पर जदों एक सोसाइटी जिहड़ी जिहड़ी चीज़ बंद होनी चाहिए सोसाइटी च, जिहड़ी चीज़ बैन होनी चाहिए है, वह खुल्लेआम वरताई जा रही है सरकारी शहर के उत्ते। उहदे नाल हुंदा की है भी जिहड़ा नौजवान उहदी एक उम्र आ 15-16 साल की, वह कोई डिसीजन लैण की जिहड़ी आ कैपेबिलिटी उहदे च हुंदी नहीं। हुण जदों उहदे कोल डिसीजन लैण की कैपेबिलिटी नहीं हैगी उस नौजवान दे विच, तो वह गलत डिसीजन लैने शुरू कर दिंदा। हुण कोई उहनूं कहे भी तेरा दोष है, नहीं उहदा दोष नहीं है, इसे करके कानून कायदे बणे आ ना। जे तो मतलब हर बंदा अपना डिसीजन लैण लई कैपेबल होवे, बैन करन दी की लोड़ है? फिर तो हीरोइन रख लो, जिहड़ा जिहड़ा डिसीजन लैके वरतले उहनूं वरतले, जिहड़ा ना वरते उह ठीक है। सो किते ना किते जदों सोसाइटी ने कुछ चीज़ां बैन कीतियां अपने सोसाइटी ने जां लॉ ने, उहदा अर्थ इह ही आ ना भी आपां लोक जिहड़े हुंदे आ हर वक्त अपनी कॉन्शियस चों डिसीजन नहीं लै सकदे। आपां नूं उहनां लई एक एनवायरमेंट तैयार करना पैंदा है जिथे वो एनवायरमेंट जिहड़ा है वो सेफ महसूस करन, मतलब उन माँ प्यो नूं ये फिकर ना होवे भी साडा बच्चा जे घरों बाहर जाऊगा तो वो साडा बच्चा जिहड़ा विगड़ जाऊगा, क्योंकि सेफ एनवायरमेंट होवे तो इदां नहीं हुंदा। माँ प्यो नूं फिकर ना होवे जे स्कूल च बच्चा जांदा तो वो सिख विरोधी बन के आजूगा। सो जिहड़ियां चीज़ां लई माँ प्यो नूं एफर्ट करन दी लोड़ नहीं होनी चाहीदी जे साडा अपना राज होवे, वो चीज़ां जिहड़ियां वा सारियां मतलब की ना लईदियां वा जिहड़ियां वा वो अपने आप होनी चाहिए जिहड़ियां सानू एफर्ट करके इंप्लाई करनिया पै रही तो उहदे च आपां नूं कोई सक्सैस नहीं मिल रही। सो यह तो मोटिया मोटिया गल्लां सी भी जथेबंदी काम किदां करूगी, जथेबंदी सोशल स्ट्रक्चर पिंडां दे स्ट्रक्चर मैडिकल बोर्ड जिहड़े साडे पहले चार निशाने वो है भी एक तो असी देखो लीगल विंग बना रहे हैं जथेबंदी का, एक असी मैडिकल बोर्ड इस्टैबलिश करांगे, एक असी सिक्ख्या बोर्ड इस्टैबलिश करांगे भी साडे बच्चों ने पढ़ना की है। ये बहुत जरूरी है। असी स्टेट को ये मंगी जाने भी सानू एजुकेशन दो एजुकेशन दो, क्यों मंगनी स्टेट को एजुकेशन? एजुकेशन किहड़ी बच्चों नूं देनी असी तय करांगे ना। जे स्टेट साढ़े बच्चे एजुकेशन दूगी फिर वो KPS गिल लग के पैदा होंगे, वो सिख कौम के जिहड़े सुरमे नहीं पैदा कर सकते, क्योंकि स्टेट की एजुकेशन एजुकेशन जिहड़ा टूल है वह स्टेट ने ता ही रखा है भी वो स्टेट को फेवर करता है। वो कोई वरला टावा बंदा है जो 100 चो 1 हज़ार चो 1 बंदा जो एजुकेशन के प्रभाव चो मुक्त हो जाता है। सो मेरिया ये जड़िया बेनती मैं कीतियां वा ये आप एक थी अपना एजुकेशन बोर्ड सिक्ख्या बोर्ड, दूजा सी अपना मैडिकल बोर्ड, तीजा लॉ लीगल विंग जिहड़ा है ना, ये चीज़ा स्थापित करनिया आप सारिया। उसकी स्थापति तो बाद च आप मतलब सोसाइटी का जो हर एस्पैक्ट आ भी साढ़े टीविया च की चलता है उहनूं असीं किद्दां कंसिडर करना है भी देखो हुण आपां इह ते कह नहीं सकते बच्चों भी तुसीं टीवी ना वेखो, कई बंदे कहिंदे भी टीवी चुक लो घरां दे विच, इह सल्यूशन नहीं हुंदा। सल्यूशन यह आ भी जिहड़ा स्टेट जिहड़ी चीज़ नूं वरत रही है उहनूं असीं वरतना है, जिहड़ा जिहड़ी चीज़ नूं टूल स्टेट ने बनाया उहनूं असीं बनाउणा है। सो इहदे च सच झूठ की परिभाषा नहीं कोई भी हैगी, स्टेट झूठ नूं सच बना के पेश कर दिंदी क्योंकि उहनां कोल पावर हैगी है। सो साडी लड़ाई किसी लोकल जथेबंदी दे नाल नहीं, इह भी मैं गल क्लीयर करदे आं अज तों, साडी लड़ाई भावें साडे खिलाफ कईआं ने कुछ कीता कई कर रहे हैं, साडी लड़ाई उन्हां नाल नहीं हैगी। साडी लड़ाई हैगी है स्टेट दे नाल, ते स्टेट दे नाल भी लड़ाई साडी नैरेटिव दी इह है भी असी जिहड़ा वा असी असी कौम दी आजादी दी गल करदे हैं। स्टेट जे इह कहदे भी नहीं तुहानूं सिखां नूं कोई प्रॉब्लम नहीं, तो साडे कोल हज़ारां सबूत है, प्रतख है दुनिया नूं भी साडी कौम गुलाम है। UN ने जिन्ने क बनाए ने अपने क्लॉज जिहड़े आ गुलामी दे वो सारे साढ़े तो लागू होंगे भी जेनोसाइड जरा सोचते हैं जिन्होंने जेनोसाइड रैकोगनाइज करना है वो सारे तकरीबन साढ़े उत्ते लागू होंगे। सो मेरिया ये जो बेनती से इन्हों आप कंसिडर करना, सलाह मशवरे असी संगत दे जरूर लेने, जेड़े कोई एक्सपर्ट आ किसी भी फील्ड के जरूर जुड़न बंदे
संगत भी जुड़े, जिहड़े जिहड़े एक्सपर्ट आ, कोई वकील है, कोई डॉक्टर है, कोई रिटायर्ड डॉक्टर ने, सानू उन्हां दी जिहड़ी आ उह सलाह दी वी लोड़ है, उन्हां दे साथ दी वी लोड़ है मौके दे उत्ते। जिहड़ा डायस्पोरा सिखां दा मसला है, वी जिहड़े पंजाब तों बाहर वसदे सिख आ, वह एक बहुत वड्डा समूह आ साडे सिखां दा। वह लगभग जिन्नी साडे पंजाब च पावर है, उन्नी क लगभग पावर साडे को बाहर है, सॉफ्ट पावर है। उन्हों भी एक थान ते कठिया करना, उन्हों कौम दे हितां लई वरतना जिहड़ा वह बहुत जरूरी है। सो ये कितने ना कितने जिहड़ा ना ये सारिया गल्लां ते एक लाइव च डिस्कशन नहीं हो सकती, बहुत चीज़ां अपनियां डिस्कस करन वालियां ने। आपां ये कोशिश करांगे भी अगे तो हर विषय नूं वक्खरा छोहिया जावे, हर विषय नूं जिहड़ा वा वह वक्खरे तरीके नाल डील किया जाए। बाकी मैं एक गल जिहड़ी संगत अगे रखनी है कि अज तक दा जिहड़ा मेरा जीवन सी वह मैनू ऐ लगता भी मैनू खुद ही एहसास होया भी जिम्मेवारी पंथ ने बहुत वड्डी देती है मोढ़ियां दे उत्ते। तो पहले जीवन च मेरे को 100 गलतियां हुई होणगियां, 100 बंदियां नाल बोल कबोल किया होगा, है ना। सो मैं उन्होंने भी बंदियां नूं चाहुंदा भी तुसीं दिल च कोई इस गल दा गिला ना रखना, क्योंकि जिहड़ा देखो हर मनुख इंसान है, वकार हर मनुख दे उत्ते हुंदे ने। सो आपां इह अरदास बेनती कर सकदे हां भी तुसीं अरदास बेनती करो संगत दीआं अरदासां दे नाल ही। बाई दीप सिद्धू जिहड़ा सी वह कौम दे लेखे लगा, है ना, तो संगत दीआं अरदासां तों बिना कुछ नहीं हो सकता। सो जे मतलब किसी नूं मैं किसी मौके दे उत्ते किसी दा दिल दिखाया होवे, उहदे लई बहुत दिलों माफ़ी है। मतलब ये कोई दिखावा नहीं हैगा इस चीज़ का कि हाँ भई मतलब ये शायद हुण पोजीशन ते आ ते ये तां दिखावा कर रहा है, इहदे लई दिलों ही माफ़ी है। जे हाँ जिन्हां नाल सिधांतक विरोध रहणगे, मैं इहो जिहा बंदा भी नहीं हैगा भी अज मैं कहां भी मेरा किसी नाल सिधांतक विरोध नहीं हैगा, जिन्हां नाल हैगा उह रहेगा, पर उहनां नाल डील करन दा तरीका असीं जरूर बदलांगे। असीं डिस्कशन नूं डायलॉग नूं पहल देवांगे, तो उस तो बाद जे कोई ना गल बनूगी तो फिर डिस्टेंस कर लाँगे, अपने आप में दूरी बना लाँगे। असी टकराव तो हमेशा बचने की कोशिश करेंगे, क्योंकि टकराव साडा एक धिर नाल है, वह दिल्ली की हुकूमत के नाल है। उस तो अलहदा साडा जिहड़ा पंजाब दीआं धिरां जिन्नियां ने वह कोशिश करन भी देखो जथेबंदक ढांचे, असी किसी की स्पेस भी नहीं मलना चाहते। यह भी गल क्लीयर हो जाए भी साडी जथेबंदी किसी की स्पेस नहीं मलना चाहती। असी कोअलेशन बिल्ड करन दे विच यकीन करते हैं। जे तुसीं एक किसी थां ते वधिया काम कर रहे जो, तो असी ये कोशिश नहीं करांगे भी तुहाडी थां ते असी आप एसटैबलिश हो जाइए। असी ये कोशिश करांगे भी असी तुहाडे नाल मिल के चलीए, जिहड़ी चीज़ की तुहानूं लोड़ है असी प्रोवाइड करिए, बंदियां दी लोड़ है, किसी होर चीज़ की लोड़ है, जिथे असी काम कर रहे हैं तुसी साडी सहायता करो। इदां ही सानू स्टूडेंट ऑर्गनाइजेशन बिल्ड करनी पैनी है, इदां ही सानू पोलीटिकल स्ट्रक्चर बिल्ड करने पैने हैं। सब तो वड्डे मुद्दे पंजाब दे बेअदबी का मुद्दा, जिहड़ा सब तो वड्डा मुद्दा, उहदे लई जस्टिस असी आप तय करना है भी साडा जस्टिस की है। लॉ दे उत्ते असी कोई टेक नहीं रखनी। जिहड़ा इंडियन लॉ है वह डिजाइंड इस तरीके नाल होया भी वह तुहानूं खज्जल करता है, वह तुहानूं 30-35 साल खज्जल करके बड़ा सिंबोलिक जिहा जस्टिस दिंदा, तो फिर लोग फिर वह नाल दी नाल उन्ना जुलम कर भी रहा हुंदा पैरलरी, है ना। वह असी आप जस्टिस सिस्टम खड़े करने हैं सारे, असी आप तय करना भी देखो भी असी जिहड़ा वा बेअदबी दे मसले आ उन्हां नूं किवें डील करना, असी जिहड़ा नशे जिहड़े विकदे आ पंजाब च उन्हां नूं किवें बंद करना, असी पंजाब दा एजुकेशन जिहड़ा सिस्टम उहनूं किवें सुधारना, यह सारा कुछ असी अपने हत्थां च लैके काम करना है। सो ये मेरी सारे नूं बेनती है भी जिन्नियां पोलीटिकल धिरां ने, जिन्नियां जथेबंदियां ने, धार्मिक जथेबंदियां ने, है ना, उन्हां नूं भी समझ लेना चाहिए है भी जदों पंजाब नूं वह डुबा रहे हैं ना, तो उन्हें छड्डना किसी नूं नहीं हैगा, अखीर दे उत्ते वारी सारिआं दी आउणी है। सो आपां इह ना सोचिए भी अज साडी स्टेट नाल चंगी बन रही है तो कल नूं भी शायद साडे नाल भलाई करनगे, उन्होंने वो साडी कौम नूं कल्लियां कल्लियां करके खत्म करना है। सो इस नूं बेहतरी आ भी जिहड़ी लड़ाई लड़नी है स्टेट के खिलाफ वह असी मिलजुल के लड़ी, उहदे विच मिसलां दे वांगू सानूं जिहड़ा सिखना पैणा बिहेव करना। उहदे विच इह आ भी मिसलां की करदियां सी भी आपसी मतभेद इन्ने सी भी बंदे भी वट टुक दिंदे एक दूजे दे, कई कतल हो जांदे सी सैकड़े, पर जदों कोई बाहरों हमलावर आउंदा सी तां उहनां नूं पता सी भी हुण जे आ गया तां बाहर दा बंदा साडे मतलब साडे ते काबज होऊगा। सो सानूं इह भी कोशिश करनी चाहीदी आ भी इक ते प्रैशर ग्रुप भी बणीए, हर धिर दे उत्ते कुंडा रखण वाले लोग भी पैदा होण जिहड़े धार्मिक बिरती वाले लोग होण, है ना। सो धर्म जिहड़ा कन्वर्जन का मुद्दा है पंजाब दे विच, वह बहुत वड्डा ते गंभीर मुद्दा, मैं उहनूं देखदा भी आपां बहुत वारी जिहड़ा ना स्टेट दे इन्हां एस्पेक्ट नूं छड्ड दिंदे। आपां नूं लगदा भी जिहड़े क्रिश्चियनिटी दे कन्वर्जन उह बड़े एवें होई जा रहे भी सिख गरीब आ सिख नूं नहीं, इदां नहीं हैगा। उन्होंने बड़ा सिस्टमैटिकली ओपरेट कर रहे हैं, वह डेरा डेरे के रूप से ओपरेट कर रहे हैं, वह सिखी पहला बंद तोड़ते नहीं गए, पहला वो होर गल्ला चलाते हैं बंदियां नूं, फिर वो मतलब पैरल लिया के गुरु नानक पातशाह के अपने पैगंबर खड़ा करते हैं, है ना। सो कितने ना कितने वो बड़ा स्लो प्रोसैस है, सिख उन्हें रैकोगनाइज नहीं कर पाते भी असं सिखी छड़ रहे हैं, सिखी तो दूर जा रहे हैं। सो मेरी ये जी बेनती है सारे जिन्हिया मैं कीतियां ने इस गलते गौर करो, जे कोई मतलब पुराना ही किसी गल के उत्ते किसी का कोई गुस्सा गिला हो फिर दोबारा माफ़ी है। तो मैं यो उम्मीद करना कि आप रल मिल के चलीए, जिन्हों को इतराज़ है
ਉਹਨਾਂ ਨੂੰ ਵੀ ਸਮਾਂ ਵੇਖਣਾ ਚਾਹੀਦਾ, ਸਮਾਂ ਜਵਾਬ ਦੇ ਹੀ ਦਿੰਦਾ ਹੁੰਦਾ। ਇਤਰਾਜ਼ ਆਪਾਂ ਦੀਪ ਸਿੱਧੂ ਬਾਈ 'ਤੇ ਕਿੰਨੇ ਕੀਤੇ ਸੀ, ਪਰ ਸਮੇਂ ਨੇ ਸਾਰੇ ਜਵਾਬ ਦੇ ਦਿੱਤੇ, ਹੈ ਨਾ। ਅਤੇ ਹੁਣ ਅੱਜ ਜਿਹੜੇ ਜਵਾਬ ਆ ਉਹ ਮਤਲਬ ਮੈਨੂੰ ਲੱਗਦਾ ਵੀ ਮੈਂ ਤੁਹਾਨੂੰ ਕਹਾਂ ਵੀ ਮੈਂ ਬੜਾ ਚੰਗਾ, ਅਤੇ ਇਹ ਗੱਲ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ। ਮੈਂ ਕਹਾਂ ਵੀ ਮੈਂ ਪੰਥ ਲਈ ਇੱਦਾਂ ਕਰੂੰਗਾ, ਇਹ ਗੱਲ ਮੈਂ ਤਾਂ ਦੇਖੋ ਕੋਸ਼ਿਸ਼ ਕਰ ਸਕਦਾ, ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰ ਸਕਦਾ ਵੀ ਮੈਨੂੰ ਦ੍ਰਿੜਤਾ ਮਿਲੇ, ਮੈਨੂੰ ਬਲ ਬਖਸ਼ਣ ਗੁਰੂ ਸਾਹਿਬ, ਅਤੇ ਮੈਂ ਪੰਥ ਦੇ ਲਈ ਆਪਣਾ ਜੀਵਨ ਜਿਹੜਾ ਪੰਥ ਲੇਖੇ ਲਾ ਸਕਾਂ। ਚੱਲਦਿਆਂ ਤੁਹਾਨੂੰ ਵੀ ਪਤਾ ਲੱਗ ਜਾਣਾ ਵੀ ਉਹ ਕਿੱਦਾਂ ਚੱਲਣਾ ਹੈ, ਕਿੱਦਾਂ ਨਹੀਂ ਚੱਲਣਾ। ਸੋ ਜਦੋਂ ਬੰਦਾ ਕੋਈ ਗਲਤੀ ਕਰੇ ਉਦੋਂ ਉਹਨੂੰ ਆਪਾਂ ਕਹਿਣ ਦੇ ਹੱਕਦਾਰ ਬਣ ਸਕਦੇ ਹਾਂ, ਪਰ ਪਹਿਲਾਂ ਆਪਾਂ ਜਿਹੜੇ ਹੈ ਨਾ ਕਿਸੇ ਦੀ ਪ੍ਰਤੀ ਪ੍ਰੀ ਪਰਸੈਪਸ਼ਨ ਆਪਾਂ ਨੂੰ ਦੀਪ ਸਿੱਧੂ ਬਾਈ ਦੇ ਬਾਰੇ ਇਹ ਵੀ ਸਿੱਖਣਾ ਚਾਹੀਦਾ ਹੈ ਵੀ ਜਿਵੇਂ ਪਿਛਲੇ 20-25 ਸਾਲ ਦੀ ਜਿਹੜੀ ਬੇਇਤਫਾਕੀ ਸੀ ਪੰਥ ਦੇ ਵਿੱਚ, ਜਿਹੜੀ ਬੇਵਿਸ਼ਵਾਸੀ ਸੀ, ਉਹਨੇ ਝੱਲੀ ਹੈ ਪਿੰਡੇ ਦੇ ਉੱਤੇ ਸਾਰੀ ਆਪਣੇ। ਸੋ ਆਪਾਂ ਜਿਹੜੇ ਆ ਨਾ ਉਹਨਾਂ ਉਹ ਚੀਜ਼ ਨੂੰ ਵੀ ਵੇਖੀਏ, ਮਹਿਸੂਸ ਕਰੀਏ ਵੀ ਜਿਹੜੇ ਬੰਦੇ ਕੰਮ ਕਰਦੇ ਆ ਅੱਗੇ ਹੋ ਕੇ, ਉਹਨਾਂ ਬੰਦਿਆਂ ਨੂੰ ਜਿੰਨਾ ਚਿਰ ਆਪਾਂ ਨੂੰ ਕੋਈ ਠੋਸ ਸਬੂਤ ਨਹੀਂ ਮਿਲਦੇ ਵੀ ਉਹ ਬੰਦੇ ਗਲਤ ਨੇ, ਉਹਨਾਂ ਬੰਦਿਆਂ ਨੂੰ ਭੰਡਣ ਦਾ ਜਿਹੜਾ ਵਾ ਉਹ ਆਪਾਂ ਕੰਮ ਛੱਡੀਏ। ਹੋ ਸਕਦਾ ਅਸੀਂ ਵੀ ਕੀਤਾ ਹੋਵੇ ਇਹ ਕੰਮ, ਮੈਂ ਆਪਣੇ ਆਪ ਨੂੰ ਵੀ ਇਸ ਗੱਲ 'ਚ ਗਿਲਟੀ ਮੰਨੂੰਗਾ ਵੀ ਕਿਸੇ ਮੌਕੇ 'ਤੇ ਹੋ ਸਕਦਾ ਅਸੀਂ ਵੀ ਇਹ ਕੰਮ ਕੀਤੇ ਹੋਣ, ਹੈ ਨਾ, ਕਿਉਂਕਿ ਇੱਕ ਸਮਝ ਬੂਝ ਦਾ ਲੈਵਲ ਉੱਦਾਂ ਦਾ ਹੁੰਦਾ, ਇੱਕ ਜ਼ਿੰਮੇਵਾਰੀ ਉੱਡੀਕ ਹੁੰਦੀ ਹੈ। ਸੋ ਕਿਤੇ ਨਾ ਕਿਤੇ ਇਹਨਾਂ 'ਤੇ ਸਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹ ਕਿਤੇ ਸਟੇਟ ਦੇ ਇਨਫਲੂਐਂਸ 'ਚ ਭਾਵੇਂ ਕੰਮ ਕਰ ਰਹੇ ਹੋਣ, ਪਰ ਉਹਨਾਂ ਨੂੰ ਪੰਜਾਬ ਦੇ ਪ੍ਰਤੀ ਦਰਦ ਤਾਂ ਹੈਗਾ ਹੀ ਆ। ਤਕਰੀਬਨ ਹਰ ਬੰਦਾ ਕਲੇਮ ਕਰਦਾ ਪੰਜਾਬ ਦੇ ਉੱਤੇ ਵੀ ਪੰਜਾਬ ਬਚਾਉਣ ਦੀ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਰਾਖੇ ਅਸੀਂ ਹਾਂ, ਸਾਰਾ ਕੁਝ। ਉਹਨਾਂ ਨੂੰ ਵੀ ਇਹ ਮੇਰੇ ਖਿਆਲ ਰੀਥਿੰਕ ਕਰਨ ਦੀ ਲੋੜ ਹੈ ਵੀ ਪੰਜਾਬ ਬਚਾਉਣਾ ਅਸਲ 'ਚ ਹੈ ਕੀ, ਪੰਜਾਬ ਕੀ ਹੈ, ਇਹਨੂੰ ਖਤਰਾ ਕੀ ਹੈ, ਅਤੇ ਇਹਨੂੰ ਬਚਾਇਆ ਕਿਵੇਂ ਜਾ ਸਕਦਾ। ਮਤਲਬ ਐਵੇਂ ਨਾਰਾ ਲਾਈ ਜਾਣਾ ਵੀ ਅਸੀਂ ਪੰਜਾਬ ਦੇ ਰਾਖੇ ਹਾਂ, ਇਹ ਵੀ ਕੋਈ ਚੰਗੀ ਗੱਲ ਨਹੀਂ, ਕਿਉਂਕਿ ਪੰਜਾਬ ਦੀ ਪ੍ਰੋਬਲਮ ਜੇ ਅੰਡਰਸਟੈਂਡ ਨਹੀਂ ਕਰਦੇ, ਸਲਿਊਸ਼ਨ ਤਾਂ ਫਿਰ ਤੁਸੀਂ ਬਿਲਕੁਲ ਅੰਡਰਸਟੈਂਡ ਨਹੀਂ ਕਰਦੇ। ਜਿਵੇਂ ਕਾਮਰੇਡਾਂ ਦਾ, ਉਹਨਾਂ ਕੋਲ ਬਹੁਤ ਲਿਮਿਟਡ ਮਾਇੰਡ ਸੈੱਟ ਆ ਕਾਮਰੇਡਾਂ ਦਾ, ਬਹੁਤ ਲਿਮਿਟਡ ਵਿਜ਼ਨ ਆ ਮਾਰਕਸਿਜ਼ਮ ਦਾ, ਹੈ ਨਾ, ਜਿਹਦੇ 'ਚ ਇੱਕ ਸਿਰਫ ਇਕਨੋਮੀਕਲ ਜਿਹੜੀ ਉਹ ਆਉਂਦੇ ਆ ਵੀ ਮੈਨੀਪੂਲੇਸ਼ਨ ਹੁੰਦੀ ਹੈ, ਇਕਨੋਮੀਕਲ ਜਿਹੜੀ ਆ ਕਰਪਸ਼ਨ ਹੁੰਦੀ ਹੈ। ਹੁਣ ਪੰਜਾਬ ਦੀ ਪ੍ਰੋਬਲਮ ਇਕਨੋਮੀਕਲ ਨਹੀਂ ਹੈਗੀ, ਪੰਜਾਬ ਦੀ ਪ੍ਰੋਬਲਮ ਹੈਗੀ ਹੈ ਇਹ ਧਾਰਮਿਕ ਤੌਰ 'ਤੇ ਵਿਤਕਰਾ ਸਿੱਖਾਂ ਦੇ ਨਾਲ ਹੋ ਰਿਹਾ ਪੰਜਾਬ ਦੇ ਵਿੱਚ, ਉਹਦੀ ਆੜ ਦੇ ਵਿੱਚ ਹੀ ਪੰਜਾਬ ਦਾ ਸਾਰਾ ਨੁਕਸਾਨ ਕੀਤਾ ਜਾ ਰਿਹਾ। ਸੋ ਇੱਥੇ ਜਿਹੜਾ ਕਾਮਰੇਡ ਜਾਂ ਮਾਰਕਸ ਕਿਉਂ ਫੇਲ ਹੁੰਦਾ, ਕਿਉਂਕਿ ਉਹ ਅੰਡਰਸਟੈਂਡ ਨਹੀਂ ਕਰ ਪਾਉਂਦਾ, ਉਹਦਾ ਵਿਜ਼ਨ ਬਹੁਤ ਛੋਟਾ ਹੈ ਚੀਜ਼ਾਂ ਨੂੰ ਲੈ ਕੇ, ਉਹ ਜਾਤੀ ਵਿਤਕਰੇ ਦੇ ਉੱਤੇ ਨਹੀਂ ਕਰਦਾ। ਇਸੇ ਕਰਕੇ ਇਹਨਾਂ ਨੇ ਪਿਛਲੇ ਕਿਸਾਨੀ ਮੋਰਚਾ ਹੋਵੇ ਜਾਂ ਕੋਈ ਵੀ ਮੋਰਚਾ ਹੋਵੇ, ਇਹਨਾਂ ਦਾ ਜ਼ੋਰ ਲੱਗਾ ਹੁੰਦਾ ਵੀ ਇਹਨੂੰ ਇਕਨੋਮੀਕਲ ਮੁੱਦਾ ਹੀ ਰਹਿਣ ਦਿਓ, ਇਹ ਤਾਂ ਰੋਟੀ ਦਾ ਮਸਲਾ ਹੈ। ਸਿੱਖਾਂ ਵਾਸਤੇ ਰੋਟੀ ਬਾਅਦ 'ਚ ਹੈ, ਭਗਤੀ ਪਹਿਲਾਂ ਹੈ, ਧਰਮ ਪਹਿਲਾਂ ਹੈ। ਰੋਟੀ ਸਾਡੇ ਧਰਮ ਦੀ ਪੂਰਤੀ ਦਾ ਜ਼ਰੀਆ ਬਣ ਸਕਦੀ ਹੈ, ਰੋਟੀ ਸਾਡੇ ਲਈ ਪ੍ਰਾਇਮਰੀ ਨਹੀਂ ਬਣ ਸਕਦੀ। ਸੋ ਅਸੀਂ ਇਹ ਗੱਲ ਦੇ ਉੱਤੇ ਦ੍ਰਿੜ ਹਾਂ ਵੀ ਜਿਹੜੇ ਰੋਟੀ ਦੇ ਸਿੱਖਾਂ ਨੇ ਰੋਟੀ ਛੱਡ ਦਿੱਤੀ ਨਾ ਜਦੋਂ 47 ਦੇ ਵਿੱਚ ਵੰਡ ਹੋਈ ਹੈ, ਜੇ ਰੋਟੀ ਦੀ ਗੱਲ ਹੁੰਦੀ, ਜ਼ਮੀਨਾਂ ਦੀ ਗੱਲ ਹੁੰਦੀ, ਤਾਂ ਸਿੱਖ ਉੱਥੇ ਬਹਿ ਕੇ ਮੁਸਲਮਾਨ ਬਣ ਜਾਂਦੇ, ਇੱਧਰ ਕਿਉਂ ਆਏ? ਸੋ ਉਹਨਾਂ ਨੇ ਧਰਮ ਨੂੰ ਪਹਿਲ ਦਿੱਤੀ। ਜਦੋਂ ਸਿੱਖ ਜੰਗਲਾਂ 'ਚ ਗਏ ਨੇ, ਉਹਨਾਂ ਨੇ ਧਰਮ ਨੂੰ ਪਹਿਲ ਦਿੱਤੀ, ਨਹੀਂ ਤਾਂ ਰੋਟੀ ਦੇ ਮੁਗਲਾਂ ਨਾਲ ਸਮਝੌਤਾ ਕਰਕੇ ਵੀ ਖਾਧੀ ਜਾ ਸਕਦੀ ਵਧੀਆ। ਸੋ ਅੱਜ ਇਹ ਕਹੀ ਜਾਣਾ ਵਾਰ ਵਾਰ ਨਹੀਂ, ਰੋਟੀ ਦੇ ਮਸਲੇ 'ਚ ਧਰਮ ਨੂੰ ਲੈ ਕੇ ਉਹ, ਸਾਡੀ ਸਾਰੀ ਲੜਾਈ ਧਰਮ ਤੋਂ ਸ਼ੁਰੂ ਹੁੰਦੀ ਹੈ, ਧਰਮ 'ਤੇ ਖਤਮ ਹੁੰਦੀ ਹੈ। ਸਾਡੀ ਕਿਸੇ ਲੜਾਈ 'ਚ ਵਿੱਚੋਂ ਧਰਮ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਕਾਮਰੇਡਾਂ ਨੂੰ ਵੀ ਇਹ ਗੱਲ ਸਿੱਖ ਲੈਣ ਦੀ ਲੋੜ ਹੈ ਵੀ ਜੋ ਕੁਛ ਪਿਛਲੇ 1.5-2 ਸਾਲ 'ਚ ਵਾਪਰਿਆ ਉਹਦੇ ਨਤੀਜੇ ਕੀ ਨਿਕਲੇ ਨੇ, ਉਹਦੇ ਵਿੱਚੋਂ ਅਸੀਂ ਇੱਕ ਬੜਾ ਆਪਣਾ ਕੀਮਤੀ ਨੌਜਵਾਨ ਜਿਹੜਾ ਅਸੀਂ ਗਵਾਇਆ ਇਸ ਜਿਹੜੀ ਆਪੋ ਧਾੜ ਦੇ ਵਿੱਚੋਂ, ਅਤੇ ਉਹ ਇਹਨਾਂ ਨੂੰ ਸਿੱਖਿਆ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਅਸੀਂ ਨੁਕਸਾਨ ਨਹੀਂ ਚੱਲਾਂਗੇ। ਅਤੇ ਪਹਿਲੀ ਗੱਲ ਤਾਂ ਕਾਮਰੇਡਾਂ ਨੂੰ ਜਾਂ ਜਿਹੜੇ ਲੈਫਟਿਸਟ ਆ ਇਹਨਾਂ ਨੂੰ ਬਹੁਤ ਜ਼ਿਆਦਾ ਰੀਥਿੰਕ ਕਰਨ ਦੀ ਲੋੜ ਹੈ, ਇਹਨਾਂ ਕੋਲ ਬਹੁਤ ਛੋਟਾ ਵਿਜ਼ਨ ਹੈ, ਇਹਨਾਂ ਦੇ ਪੱਲੇ ਨਹੀਂ ਹੈਗੀਆਂ ਉਹ ਗੱਲਾਂ ਜਿਹੜੀਆਂ, ਸਮਝ ਨਹੀਂ ਸਕਦੇ ਇਹ ਇਹ ਉਹ ਟਿੱਚਰਾਂ ਕਰਦੇ ਨੇ ਵੀ ਇਹ ਪਤਾ ਨਹੀਂ ਕੀ ਬੋਲਦੇ ਰਹਿੰਦੇ ਨੇ। ਸੋ ਮੈਨੂੰ ਲੱਗਦਾ ਵੀ ਇਹਨਾਂ ਨੂੰ ਲਾਰਜਰ ਪਰਸਪੈਕਟਿਵ ਦੇ ਉੱਤੇ ਜਿਹੜਾ ਨਾ ਉਹ ਸਮਝਣ ਦੀ ਲੋੜ ਹੈ ਚੀਜ਼ਾਂ ਨੂੰ। ਬਾਕੀ ਜਿਹੜੇ ਹੋਰ ਕਈ ਕਿਸੇ ਨੂੰ ਕੋਈ ਇਤਰਾਜ਼ ਹੋਣ ਅਤੇ ਉਹਨਾਂ ਦੇ ਵੀ ਸਮੇਂ ਦੇ ਸਹਿਤ ਅਸੀਂ ਜਵਾਬ ਦਿੰਦੇ ਰਹਾਂਗੇ। ਜਥੇਬੰਦੀ ਜਿਹੜੀ ਆ ਉਹਦੇ ਬੜੇ ਸਿਹਰਦ ਵੀਰ ਜਿਹੜੇ ਆ ਉਹ ਕੰਮ ਕਰਨਗੇ। ਮੈਨੂੰ ਇਹ ਨਾ ਕੋਈ ਸੋਚੇ ਵੀ ਮੈਂ ਕੋਈ ਮੁਖੀ ਬਣ ਗਿਆ ਜਥੇਬੰਦੀ ਦਾ ਜਾਂ ਮੈਂ ਕੁੱਤੇ ਲੱਗ ਗਿਆ। ਮੇਰੇ ਜਿਹੜੇ ਜਥੇਬੰਦੀ ਦੇ ਵੀਰ ਭਰਾ ਨੇ ਉਹ ਅਜੇ ਵੀ ਮੇਰੇ 'ਤੇ ਹੁਕਮਰਾਨ ਨੇ, ਉਹ ਜਦੋਂ ਮੈਨੂੰ ਹੁਕਮ ਕਰਨਗੇ ਜਿਵੇਂ ਦਾ ਕਰਨਗੇ ਆਪਾਂ ਉਹਨਾਂ ਦੀ ਮੰਨਣ ਨੂੰ ਤਿਆਰ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਸੇਵਾ ਕਰਦਿਆਂ ਦੇਖਿਆ, ਸਾਨੂੰ ਇਹ ਪਤਾ ਹੈ ਵੀ ਕਿਹੜਾ ਬੰਦਾ ਦਿਲ ਤੋਂ ਸੇਵਾ ਕਰਦਾ ਅਤੇ ਕਿਹਨੇ ਨਿਰਸਵਾਰਥ ਹੋ ਕੇ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਿਆ ਪਿਛਲੇ 1.5-2 ਸਾਲਾਂ ਦੇ ਵਿੱਚ। ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੇ ਆਸ਼ੀਰਵਾਦ ਦੀ ਲੋੜ ਹੈ, ਅਸੀਂ ਕਿਸੇ ਨਾਲ ਨਾਰਾਜ਼ ਨਹੀਂ, ਕੋਈ ਸਾਡੇ ਨਾਲ ਵੀ ਨਾਰਾਜ਼ਗੀ ਨਾ ਰੱਖੇ। ਜੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਠੀਕ ਨਹੀਂ ਹੈਗਾ ਅਤੇ ਉਹ ਸਬਰ ਕਰ ਲੈਣ, ਉਹਨਾਂ ਨੇ ਉਹਨਾਂ ਦੀ ਪੀੜ੍ਹੀ ਨੇ ਇੱਕ ਸੰਘਰਸ਼ ਕੀਤਾ, ਨਵੀਂ ਪੀੜ੍ਹੀ ਨੂੰ ਕਰਕੇ ਵੇਖ ਲੈਣ, ਦੈਨ ਕੋਈ ਨਹੀਂ। ਜੇ ਅਸੀਂ ਵੀ ਕਿਸੇ ਸਮੇਂ ਬਜ਼ੁਰਗ ਹੋਣਾ, ਸਾਨੂੰ ਵੀ ਇਹ ਤਰੀਕਾ ਵਰਤਣਾ ਪੈਣਾ। ਦੇਖੋ ਅਸੀਂ ਸਦੀ ਵੀ ਜਿਹੜਾ ਵਾ ਸੰਘਰਸ਼ਾਂ ਦੇ ਵਿੱਚ ਕਾਬਜ਼ ਨਹੀਂ ਰਹਿ ਸਕਦੇ, ਸਾਨੂੰ ਛੱਡਣਾ ਪੈਣਾ ਚੀਜ਼ਾਂ ਨੂੰ। ਜਿਹੜੀ ਗ੍ਰਿਪ ਆ ਉਹਨੂੰ ਢਿੱਲੀ ਕਰਨਾ ਪੈਣਾ, ਕਿਉਂਕਿ ਜਦੋਂ ਤੱਕ ਅਸੀਂ ਗ੍ਰਿਪ ਫੜ ਛੱਡਦੇ ਹਾਂ ਨਾ, ਇਹ ਆਦਤ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ। ਸੋ ਮੈਂ ਤਾਂ ਇਹੋ ਉਮੀਦ ਕਰਦਾ ਵੀ
ਸੋ ਇੱਦਾਂ ਹੀ ਸਾਨੂੰ ਇਹ ਉਮੀਦ ਆ ਵੀ ਸਾਨੂੰ ਬਾਕੀ ਵੀ ਜਿਹੜੇ ਬੰਦੇ ਆ, ਚਾਹੇ ਪੰਥਕ ਵਿਦਵਾਨ ਆ, ਚਾਹੇ ਉਹ ਕਿਸੇ ਜਥੇਬੰਦੀਆਂ ਦੇ ਬੰਦੇ ਆ, ਚਾਹੇ ਕਿਸੇ ਪੋਲੀਟੀਕਲ ਪਾਰਟੀਆਂ ਦੇ ਬੰਦੇ ਆ, ਬਜ਼ੁਰਗ ਆ, ਉਹਨਾਂ ਨੂੰ ਕੋਸ਼ਿਸ਼ ਕਰਕੇ ਅਤੇ ਇਹ ਸਮਝਣਾ ਚਾਹੀਦਾ ਵੀ ਲੜਾਈ ਜਿਹੜੀ ਹੈ, ਜੇ ਕਿਸੇ ਦੀਆਂ ਨਹੀਂ ਲੱਤਾਂ ਭਾਰ ਚੱਲਦੀਆਂ, ਠੀਕ ਹੈ, ਅਸੀਂ ਕਿਸੇ ਨੂੰ ਦੋਸ਼ ਨਹੀਂ ਦਿੰਦੇ, ਅਸੀਂ ਇਹ ਨਹੀਂ ਕਹਿੰਦੇ ਵੀ ਤੁਹਾਡੀਆਂ ਲੱਤਾਂ ਨਹੀਂ ਭਾਰ ਚੱਲਦੀਆਂ, ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੇ ਨੌਜਵਾਨ ਅੱਗੇ ਹੋ ਕੇ ਲੜ ਰਹੇ ਆ, ਉਹਨਾਂ ਨੂੰ ਇਹ ਡਿਮੋਨਾਈਜ਼ ਨਾ ਕਰੀਏ, ਡੀਮੋਟੀਵੇਟ ਨਾ ਕਰੀਏ ਵੀ ਤੁਸੀਂ ਫਲਾਣਾ ਕਰ ਦੇਣਾ, ਤੁਸੀਂ ਪੁੱਤ ਮਰਾ ਦੇਣੇ, ਤੁਸੀਂ ਨੁਕਸਾਨ ਕਰਾ ਦੇਣਾ। ਦੇਖੋ, ਨੁਕਸਾਨ ਜਿਹੜਾ ਹੋਣਾ ਹੋ ਰਿਹਾ, ਨੁਕਸਾਨ ਨੂੰ ਤੁਸੀਂ ਬਚਾ ਨਹੀਂ ਸਕਦੇ, ਕਿਉਂਕਿ ਜਿਹੜਾ ਸਲੋ ਜੈਨੋਸਾਈਡ ਉਹ ਤਾਂ ਬਹੁਤ ਜ਼ਿਆਦਾ ਡੇਂਜਰਸ ਕੰਮ ਹੈ। ਪੰਜਾਬ ਦਾ ਪਾਣੀ 20-25 ਸਾਲਾਂ ਨੂੰ ਮੁੱਕ ਜਾਣਾ ਹੈ, ਪੰਜਾਬ ਰੇਗਿਸਤਾਨ ਬਣ ਜਾਣਾ ਹੈ, ਫਿਰ ਬਿੱਲ ਵਾਪਸ ਕਰਾ ਕੇ ਆਪਾਂ ਕੀ ਲੈ ਲਿਆ, ਹੈ ਨਾ। ਸੋ ਜਿਹੜੀਆਂ ਚੀਜ਼ਾਂ ਨੇ ਅਸਲ ਮੁੱਦਿਆਂ ਉੱਥੇ ਗੱਲ ਹੋਣੀ ਚਾਹੀਦੀ ਹੈ। ਇਹ ਐਵੇਂ ਵਾਰ ਵਾਰ ਇਸ ਗੱਲ ਨੂੰ ਰਿੜਕੀ ਜਾਣਾ ਵੀ ਨਹੀਂ ਜੀ, ਨੁਕਸਾਨ ਜਿਹੜੀ ਧਿਰ ਕਰਦੀ ਉਹ 'ਤੇ ਤਾਂ ਦੋਸ਼ ਦਿਓ। ਜੇ ਸਟੇਟ ਸਾਡਾ ਕੋਈ ਬੰਦੇ ਨੂੰ ਨੁਕਸਾਨ ਕਰਦੀ ਹੈ, ਸਟੇਟ ਨੂੰ ਦੋਸ਼ੀ ਬਣਾਓ ਨਾ, ਸਾਨੂੰ ਨਾ ਬਣਾਓ। ਅਸੀਂ ਤਾਂ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਹਾਂ, ਅਸੀਂ ਤਾਂ ਆਪਣੀ ਧਰਤੀ ਨੂੰ, ਆਪਣੀ ਮਿੱਟੀ ਨੂੰ, ਆਪਣੇ ਧਰਮ ਨੂੰ, ਅਸੀਂ ਤਾਂ ਆਪਣੀ ਰਾਖੀ ਕਰ ਰਹੇ। ਹੁਣ ਜੇ ਰਾਖੀ ਕਰਦੇ ਹਾਂ ਸਾਡਾ ਨੁਕਸਾਨ ਹੁੰਦਾ ਤਾਂ ਸਾਡਾ ਕੀ ਦੋਸ਼ ਹੈ? ਅਸੀਂ ਸੱਦਿਆ ਥੋੜ੍ਹੀ ਕਿਸੇ ਨੂੰ ਵੀ ਸਾਡੇ 'ਤੇ ਆਣ ਕੇ ਬੋਲੀ ਥੋਪੋ ਕੋਈ ਹਿੰਦੀ, ਅਸੀਂ ਕਿਸੇ ਨੂੰ ਸੱਦਿਆ ਵੀ ਸਾਡੇ 'ਤੇ ਆਣ ਕੇ ਕੋਈ ਧਰਮ ਆਪਣਾ ਥੋਪੇ, ਨਾ ਅਸੀਂ ਮੁਗਲਾਂ ਨੂੰ ਸੱਦਿਆ ਸੀ, ਨਾ ਹਿੰਦੁਸਤਾਨ ਦੀ ਹਕੂਮਤ ਨੂੰ ਸੱਦਿਆ ਸੀ। ਸੋ ਜੇ ਇਹਨਾਂ ਨੇ ਫੈਸਲਾ ਕੀਤਾ ਵੀ ਸਿੱਖਾਂ ਦਾ ਖੁਰਾ ਕੁਝ ਮਿਟਾਉਣਾ ਹੈ, ਤਾਂ ਗੁਰੂ ਸਾਹਿਬ ਦਾ ਵੀ ਇੱਕ ਹੁਕਮ ਹੈ ਸਿੱਖਾਂ ਨੂੰ ਵੀ ਉਹਨਾਂ ਨੇ ਕਿੱਦਾਂ ਡਿਫੈਂਡ ਕਰਨਾ ਆਪਣੇ ਆਪ ਨੂੰ। ਅਤੇ ਜੇ ਤੁਸੀਂ ਇਹ ਕਹੋ ਵੀ ਨਹੀਂ ਜੀ, ਜਿਹੜਾ ਤੁਸੀਂ ਬੋਲਣਾ ਨਹੀਂ, ਅਗਲਾ ਸਾਡੇ ਮੂੰਹ 'ਤੇ ਚਪੇੜਾ ਮਾਰੀ ਜਾਵੇ, ਧੀਆਂ ਭੈਣਾਂ ਦੀ ਬੇਪਤੀ ਕਰੇ, ਅਤੇ ਮੈਨੂੰ ਐਂ ਲੱਗਦਾ ਵੀ ਫਿਰ ਤੁਸੀਂ ਵੀ ਕਿਤੇ ਨਾ ਕਿਤੇ ਨਾ ਸਟੇਟ ਦੇ ਹੀ ਟੂਲ ਬਣ ਰਹੇ ਜੋ। ਇੱਦਾਂ ਨਾ ਕਰੋ, ਨੌਜਵਾਨਾਂ 'ਚ ਡਰਾਵਾ ਨਾ ਭਰੋ। ਹਾਂ, ਨੁਕਸਾਨ ਹੋਣਾ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ, ਪਰ ਗੁਲਾਮ ਕੌਮਾਂ ਦਾ ਨੁਕਸਾਨ ਤਾਂ ਹੁੰਦਾ ਵਾ। ਉਹਨਾਂ ਕੋਲ ਕੀ ਆਪਸ਼ਨ ਹੁੰਦੀ ਗੁਲਾਮ ਕੌਮਾਂ ਦੇ ਕੋਲ ਨੁਕਸਾਨ ਨਾ ਕਰਾਉਣ ਦੀ? ਸਾਡੇ ਕੋਲ ਫਰਜ਼ ਕਰੋ ਵੀ ਜੇ ਬੇਅਦਬੀ ਵਾਲਾ ਬੰਦਾ ਵਾ, ਜਾਂ ਤਾਂ ਉਹਨੂੰ ਅਸੀਂ ਬੇਅਦਬੀ ਕਰ ਲੈਣ ਦੀਏ, ਹੈ, ਅਤੇ ਜੇ ਅਸੀਂ ਉਹਦਾ ਸੌਦਾ ਲਾ ਦਈਏ, ਫਿਰ ਸਾਡੇ ਉੱਤੇ ਆ ਵੀ ਤੁਸੀਂ ਨੁਕਸਾਨ ਕਰਾਓਗੇ ਕੌਮ ਦਾ। ਸੋ ਸਾਡੇ ਕੋਲ ਆਪਸ਼ਨ ਕੀ ਛੱਡੀ ਗਈ ਹੈ? ਇਹ ਵੀ ਵੇਖੋ, ਨੌਜਵਾਨਾਂ ਨੂੰ ਇੱਦਾਂ ਇਹ ਕਰ ਦੇਣਾ, ਲਿਮਿਟਾਈਜ਼ ਕਰਨਾ, ਉਹਨਾਂ ਨੂੰ ਇਹ ਪ੍ਰੈਸ਼ਰਾਈਜ਼ ਕਰਨਾ, ਹੈ ਨਾ, ਵੀ ਨਹੀਂ ਤੁਹਾਡੇ 'ਤੇ, ਮਤਲਬ ਉਹਨਾਂ 'ਚ ਖੜੋਤ ਲਿਆਉਣ ਵਾਲੀ ਗੱਲ ਹੈ। ਵਾਰ ਵਾਰ ਉਹਨਾਂ ਨੂੰ ਜਾਪਤਾ, ਸ਼ਾਂਤੀ, ਜਾਪਤਾ, ਠੀਕ ਹੈ, ਜਾਪਤ 'ਚ ਰਹਿਣਾ ਚਾਹੀਦਾ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਤੁਹਾਡਾ ਕੰਟੈਂਟ ਹੀ ਨਾ ਬਣ ਜੇ ਜਾਪਤਾ, ਵੀ ਤੁਹਾਡੀ ਹਰ ਜਿਹੜੀ ਸਟੇਜ ਹੈ ਉਹ ਤੋਂ ਜਾਪਤਾ ਜਾਪਤਾ ਹੀ ਚੱਲੇ ਕੰਮ। ਨੌਜਵਾਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨਾ ਲੀਡਰ ਦਾ ਫਰਜ਼ ਹੈ। ਸੰਤ ਪਿੰਡ ਰਾਣੇ ਨੇ ਕੀਤੀ ਸੀ, ਨੁਕਸਾਨ ਤਾਂ ਹੋਇਆ, ਚਲੋ ਜਿਹੜਾ ਹੋਣਾ ਸੀ ਦੁਨਿਆਵੀ ਰੂਪ ਦੇ ਵਿੱਚ, ਪਰ ਜੇ ਉਹ ਨਾ ਕਰਦੇ ਤਾਂ ਫਿਰ ਕੀ ਹੋਣਾ ਸੀ ਕੌਮ ਦਾ? ਅੱਜ ਜਿਹੜੇ ਤੁਰੇ ਫਿਰਦੇ ਵੀ ਨਹੀਂ ਸੀ ਹੋਣੇ ਇੱਥੇ। ਸੋ ਆਪਾਂ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰੀਏ। ਮੇਰੀਆਂ ਇੰਨੀਆਂ ਕੀ ਬੇਨਤੀਆਂ ਸੀ, ਜੇ ਕੋਈ ਸੁਝਾਅ ਹੋਣ, ਕੋਈ ਸੁਜੈਸ਼ਨ ਹੋਣ, ਜਥੇਬੰਦੀ ਦੇ ਪੇਜ ਦੇ ਉੱਤੇ ਮੈਸੇਜ ਕਰ ਸਕਦੇ ਹੋ ਤੁਸੀਂ। ਅਤੇ ਬਾਕੀ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ, ਥੋੜ੍ਹੇ ਸਮੇਂ ਦੇ ਵਿੱਚ, ਆਪਾਂ ਬਾਕੀ ਇਕਾਈਆਂ, ਬਾਕੀ ਜਿਹੜੇ ਜਥੇਬੰਦੀ ਦੇ ਵਿੱਚ ਸਿਆਣੇ ਆਪਣੇ ਵੀਰ ਨੇ, ਉਹਨਾਂ ਦੀ ਅਹੁਦੇਦਾਰੀ ਸਾਰਾ ਕੁਝ ਨਿਯੁਕਤ ਕਰਾਂਗੇ, ਅਤੇ ਆਪਾਂ ਜਿਹੜੇ ਬਾਕੀ ਫਰਦਰ ਆਪਣੇ ਪਲੈਨ ਆ, ਪ੍ਰੋਗਰਾਮ ਆ, ਉਹ ਵੀ ਸਾਰੇ ਐਲਾਨ ਕਰਾਂਗੇ ਛੇਤੀ। ਅਤੇ ਇੰਨੀਆਂ ਕੁ ਬੇਨਤੀਆਂ ਸੀ, ਜੇ ਕੋਈ ਬੋਲਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਉਹਦੇ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।